ਤੋ ਉਦਾਹਰਣ ਹੈ ਜਫਰੂ ਜਿਹਦਰ ਗੁਰਗੋਬਿੰਦੂ ਸਿੰਘ ਫੈਜ਼ਲ ਹਕਰਾ ਬਹਿਰ ਗੁਰਗੋਬਿੰਦੂ ਸਿੰਘ ਕ੍ਰਾਮਹ ਮਹਬੂਬ ਗੁਰ ਗੋਬਿੰਦ ਸਿੰਘ ਤਾਲਿਬ ਮਤਲੂਬ ਗੁਰ ਗੋਬਿੰਦ ਸਿੰਘ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੁਭੈ ਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਸ਼ਾਇਆ ਹੇਠ ਇਹ ਮਹਾਨ ਗੁਰਮਤ ਸਮਾਗਮ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਹੁਣਾਂ ਦੇ ਉਪਰਾਲੇ ਸਦਕਾ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਪੂਰਨ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਹਨ ਦਾਸ ਨੂੰ ਭਾਈ ਅਮਰਜੀਤ ਸਿੰਘ ਦੀ ਚਾਵਲਾ ਸੀਨੀਅਰ ਮੈਂਬਰ ਐਸਜੀਪੀਸੀ ਹੁਣਾ ਵੱਲੋਂ ਹੁਕਮ ਸੀ ਆਪ ਸੰਗਤ ਦੇ ਚਰਨ ਪਰਸਣ ਦਾ ਇਹ ਉਹ ਪਾਕ ਦਿਹਾੜਾ ਹੈ ਜਿਸ ਦਿਨ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਲਾ ਆਨੰਦਗੜ੍ਹ ਸਾਹਿਬ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਚੱਲੇ ਸਨ ਔਰ ਇਸ ਤੋਂ ਬਾਅਦ ਕਦੇ ਵੀ ਗੁਰੂ ਪਰਿਵਾਰ ਇਸ ਰੂਹੇ ਜ਼ਮੀਨ ਤੇ ਨਾ ਆ ਸਕਿਆ ਸ਼ਹਾਤਾਵਾਂ ਹੋਈਆਂ ਭਾਰਤ ਵਰਸ਼ ਨੂੰ ਨਜ਼ਾਤ ਮਿਲੀ ਇਨਸਾਨੀਅਤ ਦੀ ਗੁਲਾਮੀ ਕੱਟੀ ਗਈ ਉਹ ਵੈਰਾਗ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਉਹ ਸਮਾਂ ਉਹ ਹਾਲਾਤ ਪ੍ਰਗਟ ਰਹਿਣ ਇਹ ਸੋਜੀ ਰਵੇ ਇਸ ਕਾਰਨ ਹੀ ਇਹ ਮਹਾਨ ਸਮਾਗਮ ਹਰ ਸਾਲ ਕਰਵਾਏ ਜਾਂਦੇ ਹਨ ਔਰ ਦੂਸਰਾ ਪੱਖ ਸਮਾਗਮਾਂ ਨੂੰ ਕਰਵਾਉਣ ਦਾ ਇਹ ਹੁੰਦਾ ਹੈ ਵੀ ਕਥਾਕਾਰ ਰਾਗੀ ਢਾਡੀ ਸੰਗਤਾਂ ਨੂੰ ਪ੍ਰੇਰ ਕੇ ਖੰਡੇ ਦੀ ਪੌਲ ਸਿਖਾਉਣ ਔਰ ਸਿੱਖ ਜਗਤ ਦੀ ਫੁਲਵਾੜੀ ਪਰਫੁੱਲਤ ਹੋਵੇ। ਆ ਉਸ ਗੁਰੂਆਂ ਦੇ ਅਗੰਮੀ ਇਤਿਹਾਸ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਅਕਾਲ ਪੁਰਖ ਦੇ 10 ਸਰਗੁਣ ਸਰੂਪ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੁਨੀਆ ਤੇ ਆਏ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ। ਬਾਰ ਬ੍ਰह्म ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਕਹਿੰਦੇ ਇਥੇ ਸ਼ੰਕਾ ਨਾ ਰੱਖੀ ਵੀ ਸ਼ਾਇਦ ਗੁਰੂ ਦੇਵ ਰੱਬ ਵਰਗੇ ਨੇ ਰੱਬ ਵਰਗੇ ਬੜੇ ਇਥੇ ਸਤਪੁਰਸ਼ ਹੁੰਦੇ ਨੇ ਕੋਈ ਸੱਚ ਬੋਲੇ ਉਹ ਰੱਬ ਵਰਗਾ ਸੰਤੋਖੀ ਆਇਓ ਰੱਬ ਵਰਗਾ ਬੜੇ ਗੁਣ ਐਸੇ ਸਾਨੂੰ ਮਹਾਪੁਰਸ਼ਾਂ ਚ ਮਿਲ ਜਾਂਦੇ ਨੇ ਸਹਿ ਸੁਭਾਅ ਨਿਕਲਦਾ ਐ ਵੀ ਇਹ ਰੱਬ ਵਰਗੇ ਨੇ ਸੋ ਰੱਬ ਵਰਗੇ ਬੜੇ ਨੇ ਪਰ ਗੁਰੂ ਨਾਨਕ ਕੀ ਐ ਗੁਰੂ ਨਾਨਕ ਰੱਬ ਵਰਗਾ ਨਹੀਂ ਐ ਬਾਹ ਬ੍ਰਹਮ ਪੂਰਨ ਗੁਰਦੇਵ ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ ਗੁਰੂ ਨਾਨਕ ਹੀ ਖੁਦਾ ਐ ਰੱਬ ਵਰਗਾ ਨਹੀਂ ਰੱਬ ਗੁਰੂ ਨਾਨਕ ਐ ਗੁਰੂ ਗੋਬਿੰਦ ਸਿੰਘ ਹੀ ਖੁਦਾ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹ ਦਸੋਂ ਪਾਤਸ਼ਾਹੀਆਂ ਪਰਮਾਤਮਾ ਦੇ ਸਰਗੁਣ ਸਰੂਪ ਨੇ ਭਾਈ ਨੰਦ ਲਾਲ ਨੂੰ ਸਿੱਖਾਂ ਪੁੱਛਿਆ ਵੀ ਕਿਸ ਨਦਰ ਨਾਲ ਅਨੰਦਾਂ ਦੀ ਪੁਰੀ ਵਿੱਚ ਬੈਠੇ ਗੁਰੂ ਗੋਬਿੰਦ ਸਿੰਘ ਨੂੰ ਵੇਖਦਾ ਐ ਤੂੰ ਕੀ ਸਮਝਦਾ ਐ ਕੋਈ ਮਹਾਪੁਰਸ਼ ਨੇ ਕੋਈ ਬ੍ਰਹਮ ਗਿਆਨੀ ਨੇ ਕੋਈ ਮਹਾਤਮਾ ਨੇ ਕੋਈ ਰਹਿਬਰ ਨੇ ਕੀ ਸਮਝਦਾ ਐ ਕਹਿੰਦਾ ਨਹੀਂ ਇਹਨਾਂ ਸਭ ਤੋਂ ਉੱਤੇ ਨੇ ਪਰਸ਼ੀਅੰਦੇ ਬੋਲਨੇ ਸੁਲਤਾਨੁਲ ਅਵਲ ਵਲ ਆਖਿਰ ਹਵਾ ਬਾਸ਼ਿਰੁਲ ਬਾਤਨ ਵਲ ਜ਼ਾਹਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਦੁਨੀਆ ਦਾ ਸੁਲਤਾਨ ਹੈ ਉਹ ਸੁਲਤਾਨ ਜਿਹੜਾ ਅਵਲ ਵਲ ਆਖਿਰ ਦੁਨੀਆ ਦੇ ਆਕਾਸ ਤੋਂ ਪਹਿਲਾਂ ਦਾ ਹੈ ਨਿਰਗੁਣ ਸਰੂਪ ਦੇ ਤੌਰ ਤੇ ਦੁਨੀਆ ਦੀ ਪੈਦਾਇਸ਼ ਤੋਂ ਪਹਿਲਾਂ ਦਾ ਹੈ ਆ ਮੇਰੇ ਸਮੇਂ ਕਹਿੰਦਾ ਹੁਣ ਸਰਗੁਣ ਸਰੂਪ ਚ ਮੌਜੂਦ ਹੈ ਅਨੰਦਾਂ ਦੀ ਪੂਰੀ ਅੰਦਰ ਆਪਾ ਨਾਮ ਹੀ ਰਹੇ ਤੇ ਉਸ ਗੁਰੂ ਗੋਬਿੰਦ ਦੇ ਨਿਰਗੁਣ ਸਰੂਪ ਨੇ ਸਦੀਵੀ ਰਹਿਣਾ ਹੈ ਅਵਲ ਵਲ ਆਖਿਰ ਮੁੱਢ ਤੋਂ ਲੈ ਕੇ ਅਖੀਰ ਤੱਕ ਰਹਿਣ ਵਾਲਾ ਜੋ ਖੁਦਾਇਆ ਹੈ ਉਹੀ ਗੁਰੂ ਗੋਬਨ ਸਿੰਘ ਹੈ ਇਹਦਾ ਮਤਲਬ ਵੀ ਭਾਈ ਨੰਦ ਲਾਲ ਨੇ ਸਾਹਮਣੇ ਬੈਠ ਕੇ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਵੇਖੀ ਸੀ ਤਾਕਤ ਵੇਖੀ ਸੀ ਮਰਾਤਬਾ ਤੱਕਿਆ ਸੀ ਵੇਖੋ ਇਤਿਹਾਸ ਤੇ ਬਾਅਦ ਵਿੱਚ ਲਿਖਿਆ ਗਿਆ ਕਵੀ ਸੰਤੋਖ ਸਿੰਘ ਜੀ ਮਹਾਰਾਜ ਨੇ ਲਿਖਿਆ ਉਹ ਫਿਰ ਤੁਸੀਂ ਕਈ ਵਾਰ ਸ਼ੰਕਾ ਵੀ ਕਰ ਲੈਂਦੇ ਹੋ ਜੀ ਇਹ ਵਧਾ ਚੜਾ ਕੇ ਗੱਲਾਂ ਲਿਖੀਆਂ ਨੇ ਇਹ ਤੇ ਸਾਹਮਣੇ ਲਿਖ ਰਿਹਾ ਹੈ ਭਾਈ ਨੰਦ ਲਾਲ ਬੈਠ ਕੇ ਸਾਹਮਣੇ ਬੈਠਾ ਲਿਖ ਰਿਹਾ ਸੀ ਕਹਿੰਦਾ ਹੈ ਖੁਦ ਖੁਦਾ ਹੈ ਰੱਬ ਵਰਗਾ ਨਹੀਂ ਹੈ ਇਹਦੇ ਵਿੱਚ ਜਿਹੜੀਆਂ ਅਜ਼ਮਤਾਂ ਨੇ ਉਹ ਰੱਬ ਵਿੱਚ ਹੀ ਨੇ ਹੋਰ ਕਿਧਰੇ ਨਹੀਂ ਔਰ ਦੂਸਰਾ ਉਹਨਾਂ ਬਚਨ ਕਿਹਾ ਇਹ ਨਿਰਗੁਣ ਸਰੂਪ ਦੇ ਤੌਰ ਤੇ ਸਾਰਿਆਂ ਵਿੱਚ ਹੈ ਸੋ ਸਭ ਦੇ ਦਿਲਾਂ ਦੀਆਂ ਵੀ ਜਾਣਦਾ ਹੈ ਵਾ ਬਾਸ਼ਰੁਲ ਬਾਤੁਲ ਵਲ ਜ਼ਾਹਰ ਪ੍ਰਗਟ ਤੇ ਗੁਪਤ ਗੱਲਾਂ ਜਾਣਦਾ ਹੈ ਤੁਹਾਡੇ ਜ਼ਿਹਨ ਵਿੱਚ ਕੀ ਹੈ ਬਿਨ ਬੋਲਿਆਂ ਸਭ ਕਿਛ ਜਾਣਦਾ ਉਹ ਸਭ ਜਾਣਦਾ ਹੈ ਐਸੀ ਪਹੁੰਚਦਾ ਉਹ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਗੱਲ ਕਹੀ ਹੈ ਕਹਿੰਦੇ ਜਿਹੜਾ ਗੁਰੂ ਪਰਮੇਸ਼ਰ ਹੈ ਨਾ ਠੀਕ ਹੈ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਦੇ ਰੂਪ ਵਿੱਚ ਉਹ ਸਰਗੁਣ ਸਰੂਪ ਹੈ ਵੈਸੇ ਕਹਿੰਦੇ ਉਹ ਸਦੀਆਂ ਤੋਂ ਹੈ ਉਹ ਆਦਿ ਜੁਗਾਦੀ ਜੁਗਾਹ ਜੁਗ ਪੂਰਾ ਪਰਮੇਸ਼ਰ ਕੌਣ ਜੀ ਕਿਹਦੇ ਬਾਰੇ ਗੱਲ ਹੋ ਰਹੀ ਵੀ ਆਦ ਜੁਗਾਦ ਤੋਂ ਐ ਕਹਿੰਦੇ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਵੇਕ ਸਤ ਸਰ ਗੁਰੂ ਦੀ ਗੱਲ ਹੋ ਰਹੀ ਹੈ ਕਹਿੰਦੇ ਅੰਦਰ ਦੀਆਂ ਬਾਤਾਂ ਪ੍ਰਗਟ ਕਰਨ ਵਾਲਾ ਹੈ ਗੁਰੂ ਗੋਬਿੰਦ ਸਿੰਘ ਤੋਂ ਕੁਝ ਛਿਪਿਆ ਨਹੀਂ ਰਹਿ ਸਕਦਾ ਸੋ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਜਿਨ੍ਹਾਂ ਨੇ ਇਸ ਰੂਹੇ ਜ਼ਮੀਨ ਤੇ ਪਟਨੇ ਤੋਂ ਆਉਣਾ ਕੀਤਾ ਹੈ ਇੱਕ ਗੱਲ ਦਾ ਖਿਆਲ ਰੱਖਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਨੇ ਨਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅੰਤਰਜਾਮੀ ਨੇ ਪਟਨੇ ਦੀ پاک ਧਰਤੀ ਤੋਂ ਆਉਣ ਵਾਲੇ ਗੁਰਪੂਰਾ ਭੇਟਿਓ ਬੜਵਾਗੀ ਅੰਤਰਜਾਮੀ ਸੁਗੜ ਸੁਜਾਨ ਨਿਰਗੁਣ ਸਰੂਪ ਸਾਰਿਆਂ ਚ ਜੋਤ ਸਰੂਪ ਨੇ ਸੋ ਤੁਹਾਡੇ ਮੇਰੇ ਅੰਦਰ ਦੀ ਉਹ ਜਾਣਦੇ ਨੇ ਇਹ ਗੁਰੂਕਿਆਂ ਦੀ ਵਡਿਆਈ ਹੈ ਸਮਾਂ ਚੱਲਦਾ ਗਿਆ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਬਾਅਦ ਇਹ ਅਗੰਮੀ ਜੋਤ ਮਹੱਲ ਬਦਲਦੀ ਗਈ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਇਹ ਖੇਡ ਚਲਦੀ ਗਈ ਸ਼ਰੀਰ ਬਦਲਦੇ ਗਏ ਜੋਤ ਉਹੀ ਚਲਦੀ ਗਈ ਨਵਾਂ ਜਾਮਾ ਆ ਗਿਆ ਨਾਮ ਗੁਰੂ ਤੇਗ ਬਹਾਦਰ ਸਾਹਿਬ ਹੈ ਸਮਝਿਓ ਇਸ ਗੱਲ ਨੂੰ ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟਿਆ ਜੋਤ ਨਹੀਂ ਬਦਲੀ ਜਾਮਾ ਬਦਲਿਆ ਚੋਲਾ ਬਦਲਿਆ ਸਰੀਰ ਬਦਲਿਆ ਕਿਉਂਕਿ ਪੰਜ ਭੂਤ ਕਾ ਪੁਰਾਣਾ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ پاک ਅਨੰਦਾਂ ਦੀ ਪੁਰੀ ਨੂੰ ਵਸਾਉਣ ਲੱਗੇ ਨੇ ਮੈਂ ਇੱਕ ਗੱਲ ਕਹਿ ਦਵਾਂ ਜਿੱਥੇ ਵੀ ਉਹ ਜਾਂਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਸਾਡਾ ਇੱਕੋ ਹੀ ਕਰਮ ਹੈ ਜਿੱਥੇ ਵੀ ਸਾਡੇ ਗੁਰੂ ਪਾਤਸ਼ਾਹ ਗਏ ਉਹ ਜਗਾ ਖੋਜ ਕੇ ਗੁਰਦ ਾਮ ਬਣਾ ਦੇਣੇ ਮਸਤਕ ਨੂੰ ਧੂੜੀ ਲਾਉਣੀ ਉਸ پاک ਜਗਾ ਤੇ ਸਜਦਾ ਕਰਨਾ ਤੇ ਗੁਰਦ ਾਮ ਕਿਸ ਲਈ ਬਣਾਉਣੇ ਨੇ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਸਿੱਖੀ ਦੇ ਪ੍ਰਚਾਰ ਲਈ ਸ਼ੋਇ ਉਹ ਪਾਕ ਜਗਾ ਹੈ ਜਿੱਥੇ ਗੁਰੂ ਸਾਹਿਬ ਬੈਠੇ ਨੇ ਕਰਤਾਰਪੁਰ ਤੋਂ ਚੱਲੇ ਨਾਲ ਬਾਬਾ ਮੱਖਣਸ਼ਾਹ ਲੁਬਾਣਾ ਵੀ ਸੀ ਜਦੋਂ ਚੱਲੇ ਨੇ ਹਜ਼ਾਰਾ ਪਿੰਡ ਰਾਤ ਰੁਕੇ ਨੇ ਸੰਗਤਾਂ ਨੂੰ ਤਾਰਿਆ ਹੈ ਦੁਰਗਾ ਪਿੰਡ ਰਾਤ ਰੁਕੇ ਨੇ ਸੰਗਤਾਂ ਨੂੰ ਤਾਰਿਆ ਹੈ ਹੁਣ ਮਹਾਰਾਜ ਇਸ ਇਲਾਕੇ ਵੱਲ ਨੂੰ ਵਧਦੇ ਨੇ ਬੇੜੀ ਮੰਗਵਾਈ ਸਤਲੁਜ ਤੋਂ ਪਾਰ ਲੰਘੇ ਇਹ ਬੜਾ ਰਮਣੀਕ ਜਿਹਾ ਮਾਹੌਲ ਲੱਗਾ ਇਲਾਕਾ ਬੜਾ ਸੁੰਦਰ ਜਾਪਿਆ ਪਾਤਸ਼ਾਹ ਨੂੰ ਤੇ ਇੱਛਾ ਪ੍ਰਗਟ ਹੋਈ ਵੀ ਇੱਥੇ ਨਗਰ ਵਸਾਉਣਾ ਚਾਹੀਦਾ ਹੈ ਪੰਜ ਕਕੋ ਇਥੋਂ ਕੀਰਤਪੁਰ ਸੀ ਹੁਣ ਮਹਾਰਾਜ ਇੱਥੇ ਬੈਠਦੇ ਨੇ ਕਵੀ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਬਚਨ ਕਿਹਾ ਹੈ ਪੰਜ ਕੋਸ਼ ਕੀਰਤਪੁਰ ਪਰੇ ਤਹਾਂ ਜਾਏ ਗੁਰ ਡੇਰਾ ਕਰੇ ਪੰਜ ਕੋਤੇ ਬਹਿਗੇ ਕੀਰਤਪੁਰ ਤੋਂ ਹੁਤੋ ਰਾਜ ਗਿਰਪਤ ਕਹਿਲੂਰੀ ਹੁਤੋ ਰਾਜ ਗਿਰਪਤ ਕਹਿਲੂਰੀ ਦੂਣਾ ਪਹਾੜਨ ਕੀ ਬਹ ਰੂਰੀ ਬੜੇ ਸੁੰਦਰ ਪਹਾੜ ਨੇ ਸਤਲੋਜ ਵਗਦਾ ਹੈ ਬੜਾ ਸੁੰਦਰ ਇਲਾਕਾ ਹੈ ਤੇ ਰਾਜਾ ਦੀਪ ਚੰਦ ਕਹਿਲੂਰੀ ਇਸ ਇਲਾਕੇ ਦਾ مالک ਹੈ ਮਹਾਰਾਜ ਨੂੰ ਜਗਾ ਸੁੰਦਰ ਲੱਗੀ ਕਬਜ਼ਾ ਨਹੀਂ ਕੀਤਾ ਮਾਇਆ ਦੇ ਕੇ ਸਿੰਘਾਂ ਨੂੰ ਤੋਰਿਆ ਔਰ ਆਖਿਆ ਵੀ ਪਟਾ ਕਰਵਾ ਲਓ ਜ਼ਰ ਖਰੀਦ ਕੇ ਪਟੇ ਲਖਾਏ ਲੈ ਸਤਗੁਰ ਨਿਜ ਨਿਕਟ ਰਖਾਏ ਪਟਾਲ ਖਵਾ ਲਿਆ ਰਾਜੇ ਕੋ ਜਗਾ ਖਰੀਦ ਲਈ ਗਈ ਇਹ ਮਾਖੋਵਾਲ ਇਸ ਜੂ ਨੂੰ ਕਹਿੰਦੇ ਸਨ ਉਹ ਕੱਲਾ ਪਿੰਡ ਹੀ ਨਹੀਂ ਸੀ ਸਾਰੀ ਜੂ ਨੂੰ ਮਾਖੋਵਾਲ ਕਹਿੰਦੇ ਸਨ ਉਹ ਕਾਗਜ਼ ਪੱਤਰ ਮਹਾਰਾਜ ਨੇ ਕੋਲ ਰੱਖ ਲਏ ਕਿਉਂਕਿ ਇਹ ਰਾਜੇ ਲੋਕ ਵੀ ਝਟਪਟ ਮੁਕਰ ਜਾਂਦੇ ਨੇ ਤਿਲਕ ਜਾਂਦੇ ਨੇ ਪਟੇ ਕੋਲ ਰੱਖੇ ਗਏ ਨੇ 1723 ਬਿਕਰਮੀ ਸੰਮਤ ਬਾਪੂ ਨੇ ਆਪ ਹਥੀਂ ਟਪਲਾਇਆ ਹੈ ਅਨੰਦਾਂ ਦੀਪੁਰੀ ਆਪ ਵਸਾਉਣਾ ਕੀਤੀ ਐ ਤੱਕ ਲਗਾਏ ਗੁਰੂ ਪ੍ਰਥਮ ਮਨਾਏ ਦਾਸਨ ਤੇ ਦਾਸਨ ਤੇ ਪਕਵਾਨ ਅਨਾਏ ਲੰਗਰ ਪਾਣੀ ਵੀ ਕੀਤਾ ਕੜਾ ਪ੍ਰਸ਼ਾਦ ਵੀ ਤਿਆਰ ਕੀਤਾ ਟੱਪ ਲਾ ਕੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਵੀ ਗਿਆ ਬਾਣੀ ਵੀ ਪੜੀ ਗਈ ਕਾਰੀਗਰ ਲਗਾਏ ਗਨ ਦਏ ਬਹੁਤ ਗਿਣਤੀ ਵਿੱਚ ਕਾਰੀਗਰ ਲਗਾਏ ਗਨ ਦਏ ਸਦਨ ਉਸਾਰਨ ਲਗਤ ਭਏ ਆਪ ਮਹਾਰਾਜ ਨੇ ਲੋਕਾਂ ਲਈ ਘਰ ਤਿਆਰ ਕਰਵਾਏ ਸ਼ਹਿਰ ਵਸਾਉਣਾ ਸੀ ਨਗਰ ਵਸਾਉਣਾ ਸੀ ਦੀਨ ਦੁਨੀਆ ਦੇ ਮਾਲਕ ਨੇ ਇਹ ਨਗਰ ਵਸਾਉਣਾ ਕੀਤਾ ਆਨੰਦਪੁਰ ਨਾਮ ਕਿਵੇਂ ਪੈਂਦਾ ਹੈ ਲੋਕਾਂ ਦੇ ਘਰ ਬਣਾ ਦਿੱਤੇ ਗੁਰਾ ਦੇ ਰਹਿਣ ਲਈ ਵੀ ਕਾਰੀਗਰਾਂ ਨੇ ਗੁਰੂ ਕੇ ਮਹੱਲ ਤਿਆਰ ਕੀਤੇ ਧਰਮਸ਼ਾਲਾ ਗੁਰਦੁਆਰਾ ਉਸਾਰਿਆ ਗਿਆ ਦੁਕਾਨਾਂ ਬਣਾਈਆਂ ਗਈਆਂ ਇਹ ਨਗਰ ਤਿਆਰ ਹੋਇਆ ਹੈ ਕਹੋ ਨਾਨਕ ਸਤ ਗੁਰ ਬਲਹਾਰੀ ਜਿਨ ਅਵਚਲ ਨੀਵ ਉਸਾਰੀ ਉਹ ਬਾਪੂ ਜਿਹੜਾ ਹਿਰਦੇ ਦੇ ਵਿੱਚ ਅਕਾਲ ਪੁਰਖ ਨੂੰ ਟਿਕਾ ਦਿੰਦਾ ਹੈ ਉਸ ਦੇ ਨਾਭ ਦੀ ਨੀਵ ਰੱਖ ਦਿੰਦਾ ਹੈ ਉਹੀ ਬਾਪੂ ਜਿਸ ਰੂਹੇ ਜੁਮਾਨ ਤੇ پاک ਕਦਮ ਪਾਉਂਦਾ ਹੈ ਨਾ ਉਹ ਜਗਾ ਵੀ ਅਬ ਚਲ ਹੋ ਨਿਬੜਦੀ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਤੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਟਿਕਣਾ ਕੀਤਾ ਕਹਿੰਦੇ ਇੱਥੇ ਆਨੰਦ ਬੜਾ ਹੈ ਸੁੰਦਰ ਪਹਾੜ ਨੇ ਸਤਲੋਜ ਵਗ ਰਿਹਾ ਹੈ ਮਨ ਮੋਇਆ ਜਾ ਰਿਹਾ ਇਸ ਦ੍ਰਿਸ਼ ਨੂੰ ਵੇਖ ਕੇ ਇਥੇ ਆਨੰਦ ਬੜਾ ਆ ਰਿਹਾ ਤੇ ਕਹਿੰਦੇ ਨਾਮ ਹੀ ਆਨੰਦਪੁਰ ਰੱਖ ਦਵੋ ਇਹ ਕਵੀ ਦੀ ਲਿਖਦੇ ਨੇ ਕਹਿੰਦੇ ਹੋਤ ਆਨੰਦ ਪਿਖੈ ਅਬੇ ਰਾਮੂ ਯਾਤੇ ਧਰ ਆਨੰਦਪੁਰ ਨਾਮੂ ਇਥੇ ਆਨੰਦ ਬੜਾ ਹੈ ਨਾਮ ਆਨੰਦਪੁਰ ਕਰ ਦਿੱਤਾ ਮਾਖੋਵਾਲ ਤੋਂ ਅੱਛਾ ਇੱਥੇ ਪੰਜ ਖੂਬ ਵੀ ਲਗਵਾਏ ਪਾਤਸ਼ਾਹ ਨੇ ਕਿਉਂਕਿ ਪਾਣੀ ਦੀ ਉਹਨਾਂ ਸਮਿਆਂ 'ਚ ਕਿੱਲ ਸੀ ਜਿਹੜਾ ਤੁਸੀਂ ਭੋਰਾ ਸਾਹਿਬ ਵੇਖਦੇ ਹੋ ਦਮਦਮਾ ਸਾਹਿਬ ਇੱਕ ਉਥੇ ਖੂਹ ਲਵਾਇਆ ਏ ਇੱਕ ਚੋਈ ਬਾਜ਼ਾਰ ਖੂਹ ਲਵਾਇਆ ਏ ਸ਼ਹੀਦੀ ਬਾਗ ਖੂਹ ਲਵਾਇਆ ਏ ਰਾਗੀ ਬਾਗ ਖੂਹ ਲਗਵਾਇਆ ਏ ਜਿੱਥੇ ਅੱਜਕੱਲ ਟਕਸਾਲ ਦਾ ਗੁਰਦੁਆਰਾ ਹੈ ਗੁਰਦ੍ਰਸ਼ਨ ਪ੍ਰਕਾਸ਼ ਇੱਕ ਉਥੇ ਪੁਰਾਤਨ ਖੂਹ ਹੈ ਇਹ ਪੰਜ ਪੁਰਾਣੇ ਗੁਰੂ ਤੇਗ ਬਹਾਦਰ ਸਾਹਿਬ ਨੇ ਖੂਹ ਲਗਵਾਏ ਸਨ ਇਉਂ ਬੜਾ ਸੁੰਦਰ ਨਗਰ ਮਹਾਰਾਜ ਨੇ ਵਸਾਉਣਾ ਕੀਤਾ ਹੁਣ ਸਮਾਂ ਆਇਆ ਭਾਰਤ ਵਰਸ਼ ਅਤੇ ਦੁਨੀਆ ਅੰਦਰ ਸਭ ਤੋਂ ਸਨਾਤਨ ਧਰਮ ਪਰਾਚੀਨ ਪੁਰਾਣਾ ਧਰਮ ਸਨਾਤਨ ਮਤ ਜੋ ਹੈ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਵੀ ਸਾਰਿਆਂ ਦੇ ਜੰਝੂ ਲਾ ਕੇ ਨਾ ਇਹਨਾਂ ਨੂੰ ਮੁਸਲਮਾਨ ਬਣਾਵਾਗਾ ਮੈਂ ਅੱਜ ਇੱਕੋ ਹੀ ਰੱਖਣ ਵਾਲੀ ਹਸਤੀ ਹੈ ਗੁਰੂ ਤੇਗ ਬਹਾਦਰ ਹੈ ਜਿਹਦੇ ਬਾਰੇ ਬਾਣੀ ਕਹਿੰਦੀ ਹੈ ਗੁਰਦਿਆਲ ਸਮਰੱਥ ਗੁਰੂ ਗੁਰੂ ਨਾਨਕ ਪਤਤ ਉਧਾਰਣਾ ਹੈ ਦਿਆਲੂ ਦਿਆਲ ਦਇਆਵਾਨ ਜਿਹਨੂੰ ਤਰਸ ਆਉਂਦਾ ਹੈ ਸਭਨਾ ਤੇ ਜੋ ਸਰਣੇ ਆਵੇ ਇਸ ਕੰਠ ਲਾਵੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਇੱਕ ਦਿਆਲੂ ਨੇ ਭਾਈ ਨੰਦ ਲਾਲ ਨੇ ਜ਼ਿਕਰ ਕੀਤਾ ਹੈ ਕਹਿੰਦੇ ਗੁਰ ਤੇਗ ਬਹਾਦਰ ਆ ਸ਼ਰਾਫਾ ਅਫਜ਼ਾਲ ਗੁਰੂ ਤੇਗ ਬਹਾਦਰ ਆ ਸ਼ਰਾਫਾ ਅਫਜ਼ਾਲ زینت ਆਰਾਏ ਮਹਿਫਲ ਜ਼ਾਹੋ ਜਲਾਲ ਕਹਿੰਦੇ ਜਿਹੜਾ ਗੁਰੂ ਤੇਗ ਬਹਾਦਰ ਹੈ ਨਾ ਸਰਾਪਾ ਸਰਾਪੇ ਤੋਂ ਹੀ ਸਰੋਪਾ ਬਣਿਆ ਜਿਹੜਾ ਆਪਾਂ ਸੰਗਤਾਂ ਦੇ ਵਿੱਚ ਸੇਵਾਦਾਰਾਂ ਨੂੰ ਦਿੰਨੇ ਆ ਸਰਾਪਾ ਫਾਰਸੀ ਦਾ ਲਬਜ਼ ਹੈ ਸਰੋਪਾ ਸਿਰ ਤੋਂ ਲੈ ਕੇ ਪੈਰਾਂ ਤੱਕ ਕੱਜ ਲੈਣਾ ਅਫਜ਼ਾਲ ਫਜ਼ਾਲ ਦੀ ਜਗਾ ਨੂੰ ਕਹਿੰਦੇ ਨੇ ਕਿਰਪਾ ਦੀ ਜਗਾ ਨੂੰ ਕਹਿੰਦੇ ਗੁਰੂ ਤੇਗ ਬਹਾਦਰ ਕਿਰਪਾ ਦਾ ਖਜ਼ਾਨਾ ਨੇ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਦੀ ਬਲੰਦ ਹਸਤੀ ਬਾਰੇ ਕਿਹਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲਿਆ ਭਾਈ ਅਨੰਦ ਲਾਲ ਕਹਿੰਦੇ ਗੁਰੂ ਤੇਗ ਬਹਾਦਰ ਕਿਰਪਾ ਦੇ ਕਰ ਨੇ ਜਿਹੜਾ ਉਹਨਾਂ ਦੇ ਚਰਨਾਂ ਵਿੱਚ ਆ ਜਾਂਦਾ ਹੈ ਉਹਦੀ ਰੱਖਿਆ ਹੁੰਦੀ ਹੈ ਸੋ ਔਰੰਗਜ਼ੇਬ ਨੇ ਨਾ 1774 ਬਿਕਰਮੀ ਵਿੱਚ ਇੱਕ ਐਲਾਨ ਕੀਤਾ ਇਹਨਾਂ ਲਫ਼ਜ਼ਾਂ ਨੂੰ ਸਮਝੋ ਕਹਿੰਦਾ دارੁਲ ਹਰਬ دارੁਲ ਹਰਬ ਨੂੰ دارੁਲ ਇਸਲਾਮ ਵਿੱਚ ਤਬਦੀਲ ਕਰਨਾ ਹੈ دارੁਲ ਹਰਬ ਦਾ ਮਤਲਬ ਹੁੰਦਾ ਹੈ ਜਿੱਥੇ ਇਸਲਾਮ ਦਾ ਰਾਜ ਹੋਵੇ ਰਾਜ ਇਸਲਾਮ ਦਾ ਪਰ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਆਪਦੇ ਧਰਮ ਦੀ ਚਾਹੇ ਤੁਹਾਡਾ ਮੰਦਰ ਹੈ ਤੇ ਚਾਹੇ ਗੁਰਦੁਆਰਾ ਹੈ ਦਾਰੁਲ ਇਸਲਾਮ ਦਾ ਮਤਲਬ ਹੈ ਜਿੱਥੇ ਰਾਜ ਵੀ ਇਸਲਾਮ ਦਾ ਹੋਵੇ ਤੇ ਪ੍ਰੈਕਟਿਸ ਵੀ ਇਸਲਾਮ ਧਰਮ ਦੀ ਹੋਵੇ ਭਾਵੇਂ ਕੋਈ ਮੰਦਰ ਗੁਰਦੁਆਰਾ ਨਹੀਂ ਰਹੇਗਾ ਕੇਵਲ ਮਸਜਿਦਾਂ ਹੀ ਹੋਣ ਉੱਥੇ ਕਹਿੰਦਾ ਦਾਰੁਲ ਹਰਬ ਨੂੰ ਦਾਰੁਲ ਇਸਲਾਮ ਵਿੱਚ ਤਬਦੀਲ ਕਰਨਾ ਹੈ ਸਭ ਨੂੰ ਮੁਸਲਮਾਨ ਬਣਾਉਣਾ ਹੈ ਕਿ ਲੋਕ ਮੈਨੂੰ ਖਲੀਫਾ ਸਮਝਣ ਰਹਿਬਰ ਸਮਝਣ ਮਹਾਪੁਰਸ਼ ਸਮਝਣ ਜਿਦਾ ਅੱਜ ਕੱਲ੍ਹ ਦੇ ਰਾਜਿਆਂ ਨੂੰ ਵੀ ਤਾਂ ਬੜਾ ਛੜਿਆ ਨਾ ਵੀ ਸਾਰੇ ਹੀ ਹਿੰਦੂ ਬਣਾ ਲਈਏ ਤੇ ਸਾਨੂੰ ਵੀ ਕੋਈ ਆਖੇ ਵੀ ਆਹ ਉੱਤਰਿਆ ਹੀ ਬਾਬੇ रामचंद्र ਦਾ ਅਵਤਾਰ ਅੱਗੇ ਵਾਲਿਆਂ ਤੋਂ ਤੇ ਪ੍ਰਚਾਰ ਹੋਇਆ ਹੀ ਨਹੀਂ ਸਾਰੇ ਹੀ ਖਲੀਫੇ ਬਣ ਨੂੰ ਫਿਰਦੇ ਨੇ ਰੱਬ ਦਾ ਵਾਸਤਾ ਹੀ ਜੇ ਹਿੰਦੂ ਨੇ ਰੱਬ ਨੂੰ ਭੌਂਦੇ ਨੇ ਤੇ ਪੈਦਾ ਕਰਦਾ ਹੈ ਜੇ ਸਿੱਖ ਨੇ ਰੱਬ ਨੂੰ ਭੌਂਦੇ ਨੇ ਤੇ ਪੈਦਾ ਕਰਦਾ ਹੈ ਜੇ ਕੋਈ ਕਲਮਾ ਪੜਨ ਵਾਲਾ ਹੈ ਉਹ ਵੀ ਰੱਬ ਨੂੰ ਭੌਂਦਾ ਹੈ ਤੇ ਪੈਦਾ ਕਰਦਾ ਹੈ ਆਪਣੇ ਘਰ ਉਹੀ ਰਹਿ ਸਕਦਾ ਜਿਹੜਾ ਭੌਂਦਾ ਹੋਵੇ ਤੇ ਬ੍ਰਹਿਮੰਡ ਉਸ ਖੁਦਾਇਆ ਦਾ ਘਰ ਹੈ ਉਹਨੂੰ ਜਿਹੜਾ ਚੰਗਾ ਲੱਗਦਾ ਪੈਦਾ ਕਰੀ ਜਾਂਦਾ ਤੂੰ ਕਿਵੇਂ ਸਭ ਨੂੰ ਮਲਿਆ ਮੇਟ ਕਰਕੇ ਇੱਕੇ ਰੰਗ ਚ ਰੰਗ ਦਵੇਂਗਾ ਬਾਗੀਚਾ ਕਦੇ ਵੀ ਇੱਕ ਤਰ੍ਹਾਂ ਦੇ ਫੁੱਲਾਂ ਨਾਲ ਨਹੀਂ ਫੱਬਦਾ ਰੰਗ ਬਰੰਗੇ ਫੁੱਲਾਂ ਨਾਲ ਹੀ ਫੱਬਦਾ ਹੈ ਸੋ ਇਹ ਕਦੇ ਵੀ ਨਹੀਂ ਹੋਇਆ ਔਰੰਗਜ਼ੇਬ ਕਹਿੰਦਾ ਸੀ ਸਾਰਿਆਂ ਨੂੰ ਕਲਮਾ ਪੜ੍ਹਾਦਾਂਗਾ ਨਹੀਂ ਹੋਇਆ ਜੇ ਅੱਜ ਕੋਈ ਆਖੇ ਸਾਰਿਆਂ ਨੂੰ ਗਾਇਤਰੀ ਮੰਤਰ ਪੜ੍ਹਾਵਾ ਦੇਵਾਂਗੇ ਨਹੀਂ ਹੋਇਆ ਔਰੰਗਜ਼ੇਬ ਵਾਂਗੂ ਖੁਰਾ ਖੋੜ ਜ਼ਰੂਰ ਮਿਟ ਜਾਵੇਗਾ ਸੋ ਖਿਆਲ ਰੱਖਿਓ ਇਹ ਵਾਦੂ ਦਾ ਭਰਮ ਹੁੰਦਾ ਤੇ ਔਰੰਗਜ਼ੇਬ ਨੇ ਪਾਲ ਲਿਆ ਵੀ ਮੈਂ دارੁਲ ਹਰਬ ਤੋਂ دارੁਲ ਇਸਲਾਮ ਵਿੱਚ ਤਬਦੀਲ ਕਰ ਦੇਣਾ ਹੈ ਦੁਨੀਆ ਨੂੰ ਹੁਣ ਉਹਨੇ ਇਹ ਸੋਚਿਆ ਵੀ ਜੇ ਮੈਂ ਕੱਲੇ-ਕੱਲੇ ਹਿੰਦੂ ਦਾ ਜੰਝੂ ਲਾਵਾਂ ਇਹ ਸਾਧੀਆਂ ਲੱਗ ਜਾਣੀਆਂ ਇਹਨਾਂ ਦੀ ਆਬਾਦੀ ਬੜੀ ਐ ਆਗੂਆਂ ਨੂੰ ਪਕੜੋ ਜਿਹੜੇ ਆਗੂ ਹੁੰਦੇ ਨੇ ਨਾ ਉਹਨਾਂ ਦੀ ਫਾਲੋਇੰਗ ਬੜੀ ਹੁੰਦੀ ਐ ਹੁਣ ਤੁਸੀਂ ਕਿਸੇ ਵੀ ਧਰਮ ਦੇ ਪ੍ਰਚਾਰਕ ਵੱਲ ਵੇਖੋ ਉਹਨੂੰ ਲੋਕ ਸੁਣਦੇ ਨੇ ਲੋਕ ਉਹਨੂੰ ਫਾਲੋ ਕਰਦੇ ਨੇ ਰਾਜਿਆਂ ਦੇ ਪਿੱਛੇ ਬੜੇ ਲੋਕ ਹੁੰਦੇ ਨੇ ਸੰਤਾਂ ਦੇ ਪਿੱਛੇ ਬੜੀ ਫਾਲੋਇੰਗ ਹੁੰਦੀ ਐ ਹੁਣ ਹੋਇਆ ਕੀ ਔਰੰਗਜ਼ੇਬ ਨੇ ਵਿਉਂਤ ਇਹ ਘੜੀ ਐ ਮਜਲਿਸ ਵਿੱਚ ਬਹਿ ਕੇ ਵੀ ਇਹਨਾਂ ਦੇ ਆਗੂਆਂ ਦੇ ਜੰਜੂ ਲਾ ਕੇ ਨਾ ਮੁਸਲਮਾਨ ਕਰੋ ਲੋਕ ਆਪੇ ਪਿਛੇ ਚੱਲ ਪੈਣਗੇ ਉਹਨੇ ਕੁਝ ਸਭਾ ਦੇ ਵਿੱਚ ਗੱਲਾਂ ਕੀਤੀਆਂ ਦੇਖੋ ਜ਼ਾਲਮ ਬੜਾ ਸੀ ਆਪਣੀ ਭੈਣ ਰੋਸ਼ਨ আরা ਦਾ ਕਤਲ ਕਰ ਦਿੱਤਾ ਆਪਣੇ ਭਾਈ ਦਾਰਾ ਦਾ ਕਤਲ ਕੀਤਾ ਉਸਨੇ ਸ਼ਾਹਜਹਾਨ ਬਾਪ ਨੂੰ ਕੈਦ ਕੀਤਾ ਉਸਨੇ ਕਾਦੇ ਲਈ ਤਖਤ ਤੇ ਬਹਿਣ ਲਈ ਮੁਰਾਦ ਨੂੰ ਵੀ ਮਾਰਿਆ ਆਪਣੇ ਭਾਈ ਨੂੰ ਉਸਨੇ ਤਖਤ ਮੰਲਣ ਦੇ ਲਈ ਇਹ ਜਿੱਡਾ ਉੱਚਾ ਤਖਤ ਹੁੰਦਾ ਨਾ ਰਾਜਸੀ ਤਖਤ ਸਮਝ ਲਿਓ ਵੀ ਇਹ ਪੌੜੀਆਂ ਨਹੀਂ ਲਾਸ਼ਾਂ ਤੇ ਸਿਰੀਆਂ ਨਾਪ ਕੇ ਇਹ ਮੱਲਿਆ ਜਾਂਦਾ ਹੈ ਇਹ ਸੌਕਾ ਨਹੀਂ ਹੈ ਮੰਲਣਾ ਜ਼ਾਲਮ ਸੀ ਕਲਗੀ ਧਰ ਨੂੰ ਕਹਿਣਾ ਪੈ ਗਿਆ ਜ਼ਫਰਨਾਮੇ ਦੇ ਬੋਲ ਨੇ ਕਹਿੰਦੇ ਔਰੰਗਜ਼ੇਬ ਲਿਬਾਸ ਤੂੰ ਧਾਰਮਿਕ ਪਾਉਣਾ ਹੈ ਚਾਹੇ ਬਾਦਸ਼ਾਹ ਹੈ ਖਲੀਫਾ ਖਵਾਨ ਨੂੰ ਫਿਰਦਾ ਹੈ ਪਰ ਤੂੰ ਦੂਰ ਹੈ ਖੁਦਾ ਤੋਂ ਕੇ ਧਾਰ ਆਏ ਦੌਰਸਤ ਦੂਰਸਤ ਦੀ ਨਾ ਸਾਹਿਬ ਸ਼ਾਨਾਸੀ ਨਾ ਮੁਹੰਮਦ ਯਾਕੀ ਨਾ ਖੁਦਾ ਹੀ ਤੈਨੂੰ ਹੁੰਦਾ ਹੈ ਨਾ ਮੁਹੰਮਦ ਦੀ ਤੈਨੂੰ ਚੰਗਾ ਲੱਗਦਾ ਹੈ ਨਾ ਤੂੰ ਮੁਹੰਮਦ ਦੀ ਸਿੱਖਿਆ ਤੇ ਚੱਲਦਾ ਹੈ ਦੀਨ ਤੋਂ ਬੜਾ ਦੂਰ ਹੈ ਤੂੰ ਇਹ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਸੁਣ ਬੜਾ ਜ਼ਾਲਮ ਸੀ ਕਹਿੰਦਾ ਓਹ ਕਰੋ ਇਹਨਾਂ ਦੇ ਆਗੂ ਜਿਹੜੇ ਨੇ ਨਾ ਪਹਿਲਾਂ ਤੇ ਪ੍ਰੇਮ ਨਾਲ ਸਮਝਾਓ ਲਾਲਚ ਦਿਓ ਨਹੀਂ ਮੰਨਦੇ ਡਰਾਓ ਨਹੀਂ ਮੰਨਦੇ ਸਿਰ ਕਲਮ ਕਰ ਦਿਓ ਕਿਸੇ ਵੀ ਸ਼ਰਤ ਤੇ ਕਲਮਾ ਜ਼ਰੂਰ ਪੜਾਉਣਾ ਹੈ ਜੋ ਨਹੀਂ ਪੜਦਾ ਉਸ ਦਾ ਖੁਰਾ ਖੋਜ ਮਿਟਾ ਦਿਓ ਹੁਣ ਕਸ਼ਮੀਰੀ ਪੰਡਤਾਂ ਨੂੰ ਆਗੂ ਸਮਝਿਆ ਜਾਂਦਾ ਸੀ ਉਹਨਾਂ ਦੇ ਇਸਲਾਮ ਵਿੱਚ ਆਇਆ ਭਾਰਤ ਵਰਸ਼ ਦੇ ਸਾਰੇ ਹੀ ਲੋਕ ਜੰਜੂ ਲਾ ਕੇ ਇੱਧਰ ਇਸਲਾਮ ਵਿੱਚ ਆ ਜਾਣੇ ਸਨ ਇਹਨੇ ਹੁਕਮਨਾਮੇ ਕੱਢੇ ਨੇ ਹੁਕਮ ਕੀਤਾ ਹੈ ਕਸ਼ਮੀਰ ਹੁਕਮ ਪਹੁੰਚ ਜਾਂਦਾ ਹੈ ਕਸ਼ਮੀਰੀ ਪੰਡਤਾਂ ਨੂੰ ਪਤਾ ਲੱਗਦਾ ਹੈ ਵੀ ਹੁਣ ਮੁਸ਼ਕਲ ਖੜੀ ਹੋ ਗਈ ਹੈ ਦੇਖੋ ਕਸ਼ਮੀਰ ਦੇ ਗਵਰਨਰ ਕੋਲੋਂ ਨਾ ਕਿਰਪਾ ਰਾਮ ਦੱਤ ਨੇ ਕੁਝ ਸਮਾਂ ਲਿਆ ਹੈ ਕਹਿੰਦਾ ਸਾਨੂੰ ਕੁਝ ਸਮਾਂ ਦੇ ਦਿਓ ਪ੍ਰੇਮ ਨਾਲ ਸਮਝਾਇਆ ਨਾ ਮੰਨੇ ਲਾਲਚ ਦਿੱਤਾ ਨਾ ਮੰਨੇ ਦਰ ਦਿੱਤਾ ਤੇ ਝੱਕ ਗਏ ਡਰ ਗਏ ਕਹਿੰਦੇ ਥੋੜਾ ਜਿਹਾ ਸਮਾਂ ਦੇ ਦਿਓ ਵਿਚਾਰ ਕਰ ਲੈਨੇ ਆ ਜੇ ਕੋਈ ਹੱਲ ਨਿਕਲਦਾ ਹੈ ਠੀਕ ਹੈ ਨਹੀਂ ਤੇ ਕਲਮਾ ਪੜ ਲਵਾਂਗੇ ਹੁਣ ਦੇਖੋ ਆਪਾਂ ਜਦੋਂ ਦੁਖੀ ਹੁੰਨੇ ਆ ਨਾ ਆਪਣੇ ਮੁਰਸ਼ਦ ਦੇ ਦਰ ਤੇ ਜਾਂਦੇ ਆ ਸਿੱਖ ਮੰਦਰ ਵਿੱਚ ਨਹੀਂ ਜਾਵੇਗਾ ਉਹਦੇ ਲਈ ਸਭ ਕੁਝ ਗੁਰੂ ਗ੍ਰੰਥ ਸਾਹਿਬ ਨੇ ਸਨਾਤਨ ਮਤੀਆ ਮੰਦਰ ਨੂੰ ਦੌੜੇਗਾ ਕੋਈ ਕਾਬੇ ਜਾਵੇਗਾ ਜਿਹਦਾ ਜਿੱਦਰ ਨੂੰ ਧਰਮ ਲਿਆਂਦਾ ਹੈ ਸ਼ੇਰ ਅਫਗਨ ਖਾਨ ਨੇ ਕਸ਼ਮੀਰ ਦੇ ਗਵਰਨਰ ਨੇ ਕਿਹਾ ਵੀ ਚਲੋ ਤੁਹਾਨੂੰ ਥੋੜਾ ਬਹੁਤਾ ਸਮਾਂ ਦਿੱਤਾ ਆਪਣਾ ਕੋਈ ਹੱਲ ਕੱਢ ਲਵੋ ਇਹ ਇਹ ਜਿਹੜਾ ਸ਼ੇਰ ਅਫਗਨ ਖਾਨ ਹੈ ਨਾ ਇਹਦਾ ਨਾਂ ਇਫਤਖਾਰ ਖਾਨ ਸੀ ਦਲੇਰ ਬੜਾ ਸੀ ਸ਼ੇਰ ਅਫਗਾਨ ਦਾ ਖਿਤਾਬ ਮਿਲਿਆ ਸੀ ਇਸ ਨੂੰ ਪੰਤਾਂ ਨੇ ਇਕੱਠੇ ਹੋ ਕੇ ਬ੍ਰਾਹਮਣਾਂ ਨੇ ਅਮਰਨਾਥ ਮੰਦਰ ਵੱਲ ਨੂੰ ਦੌੜ ਲਾਈ। ਭੁੱਖੇ ਬੈਠੇ ਰਹੇ ਵਿਚਾਰੇ ਉੱਥੇ ਵੀ ਕੋਈ ਪ੍ਰਗਟ ਹੋਵੇ ਕੋਈ ਮਦਦ ਕਰੇ ਕੋਈ ਬਾਹ ਫੜੇ। ਕਹਿੰਦੇ ਇੱਕ दैਵਿਕ ਆਵਾਜ਼ ਪ੍ਰਗਟ ਹੁੰਦੀ ਹੈ ਵੀ ਔਰੰਗਜ਼ੇਬ ਤੋਂ ਤੁਹਾਨੂੰ ਰੱਖਣ ਵਾਲਾ ਕੇਵਲ ਗੁਰੂ ਨਾਨਕ ਦਾ ਘਰ ਹੈ। ਅਨੰਦਪੁਰ ਦਾ ਵਜੂਦ ਇਉਂ ਸਮਝ ਲਓ ਦੁਨੀਆ ਦੇ ਸਭ ਤੋਂ ਸਨਾਤਨ ਧਰਮ ਇਨਸਾਨੀਅਤ ਨੂੰ ਹਿੰਦੂ ਮਤ ਨੂੰ ਰੱਖਣ ਲਈ ਕਾਰਗਰ ਸਾਬਤ ਹੋਇਆ ਜੇ ਅਨੰਦਾਂ ਦੀ ਪੂਰੀ ਨਾ ਹੁੰਦੀ ਨਾ ਸਨਾਤਨ ਮਾਤੀ ਹੁੰਦਾ ਨਾ ਮੰਦਿਰ ਹੀ ਹੁੰਦੇ ਨਾ ਗੁਰਦੁਆਰੇ ਹੀ ਹੁੰਦੇ ਇਉਂ ਸਮਝ ਲਓ ਵੀ ਕੋਈ ਵੀ ਧਰਮ ਨਾ ਹੁੰਦਾ ਦੁਨੀਆ ਤੇ ਕਲਮਾ ਹੀ ਹੁੰਦਾ ਇਸਲਾਮ ਹੀ ਹੁੰਦੀ ਕਿਉਂਕਿ ਜਦੋਂ ਦਰਿਆ ਬੇਕਾਬੂ ਹੁੰਦਾ ਹੈ ਨਾ ਨਾ ਕੁਲੀਆਂ ਹੀ ਛੱਡਦਾ ਹੈ ਨਾ ਮਹਿਲਾ ਨੂੰ ਹੀ ਛੱਡਦਾ ਹੈ ਸਭ ਕੁਝ ਰੋੜ ਕੇ ਲੈ ਜਾਂਦਾ ਹੈ ਅਗਰ ਔਰੰਗਜ਼ੇਬ ਵਰਗੇ ਬੇਕਾਬੂ ਦਰਿਆ ਨੂੰ ਬੰਨ ਲਗਿਆ ਤੇ ਨੰਦਾਂ ਦੀ ਪੂਰੀ ਵਿੱਚ ਲਗਿਆ ਹੈ ਨਹੀਂ ਤੇ ਕੋਈ ਲਾ ਨਹੀਂ ਸਕਿਆ ਬਾਣੀ ਨੇ ਇੱਕ ਗੱਲ ਕਹੀ ਹੈ ਸਭ ਤੇ ਵੱਡ ਸਮਰਾਥ ਗੁਰਦੇਵ ਇਹ ਆਵਾਜ਼ ਪ੍ਰਗਟ ਹੁੰਦੀ ਹੈ ਵੀ ਗੁਰੂ ਨਾਲੋਂ ਵੱਡਾ ਕੋਈ ਨਹੀਂ ਦੌੜ ਜਾਓ ਤੁਹਾਨੂੰ ਰੱਖ ਸਕਦਾ ਮਾਈ ਗੁਰੂ ਇਜ਼ 올 ਪਾਵਰਫੁਲ ਹੀ ਇਜ਼ ਡਿਵਾਈਨ ਗੁਰੂ ਵਰਗਾ ਕੋਈ ਦੇਵੀ ਦੇਵਤਾ ਨਹੀਂ ਹੈ ਪੰਡਤਾਂ ਨੂੰ ਇੱਕ ਗੱਲ ਤੇ ਸਮਝ ਆ ਗਈ ਵੀ ਹੁਣ ਉਹੀ ਰੱਖੇਗਾ ਉਥੋਂ ਚੱਲੇ ਨੇ ਆਨੰਦਾਂ ਦੀ ਪੂਰੀ ਆ ਗਏ ਪੁੱਛਦੇ ਪਛਾਉਂਦੇ ਪਹੁੰਚ ਗਏ ਨੇ ਕਿਰਪਾ ਰਾਮ ਦਾ ਧੋਣੀ ਆਗੂ ਹੈ ਉਹਨਾਂ ਦਾ ਆ ਕੇ ਬੇਨਤੀ ਕੀਤੀ ਮਹਾਰਾਜ ਰੱਖੋ ਕਿਰਪਾ ਕਰੋ ਸਨਾਤਨ ਮਤ ਡੁੱਬ ਚਲਿਆ ਹੈ ਵੇਖੋ ਗੁਰੂ ਕੇਵਲ ਸਿੱਖਾਂ ਦਾ ਨਹੀਂ ਹੈ ਜਿਹੜਾ ਲਬਜ਼ ਹੈ ਨਾ ਜੋ ਸਰਣੇ ਆਵੇ ਤਿਸ ਕੰਠ ਲਾਵੇ ਗੁਰੂ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਠੀਕ ਹੈ ਸਿੱਖ ਧਰਮ ਦਾ ਗੁਰੂ ਨੇ ਆਗਾਜ਼ ਕੀਤਾ ਹੈ ਪਰ ਉਹ ਜਗਤ ਗੁਰੂ ਹੀ ਤਾਂ ਹੈ ਕਿਉਂਕਿ ਸਮੁੱਚੀ ਮਨੁੱਖਤਾ ਦਾ ਉਹ ਰਹਿਬਰ ਹੈ ਹਿੰਦੂ ਆਇਆ ਸੀ ਮੈਂ ਡੁੱਬ ਚੱਲਿਆ ਰੱਖ ਲਓ ਉਹਨੇ ਜੰਝੂ ਰੱਖਿਆ ਹੈ ਜੇ ਇਸਲਾਮ ਆ ਜਾਂਦਾ ਤੇ ਉਹ ਰੱਖਦਾ ਉਹ ਜਗਤ ਗੁਰੂ ਹੈ ਕੱਲੇ ਸਿੱਖ ਨਹੀਂ ਉਹਨੂੰ ਟੈਚੀ ਚ ਚੁੱਕੀ ਫਿਰ ਵੀ ਉਹ ਕੱਲਾ ਸਿੱਖਾਂ ਦਾ ਹੈ ਸਿੱਖ ਉਸਨੂੰ ਪਿਆਰੇ ਨੇ ਇਹ ਵੱਖਰਾ ਵਿਸ਼ਾ ਹੈ ਪਰ ਉਹ ਜਗਤ ਦਾ ਮਾਲਕ ਹੈ ਹੈਰਾਨੀ ਇਸ ਗੱਲ ਦੀ ਏ ਅਜ ਹਾਂ ਕਰ ਦਿੱਤੀ ਵੀ ਮੈਂ ਜੰਜੂ ਰੱਖਾਂਗਾ ਆਉਂ ਖਾਂ ਪਹਿਲੇ ਜਾਮੇ ਵੱਲ ਗੁਰੂ ਨਾਨਕ ਵੱਲ ਪੰਜਵੇਂ ਬਾਪੂ ਦੇ ਬੋਲ ਨੇ ਨਾ ਨਾਹਮ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਨਾ Hindu ਨਾ ਮੁਸਲਮਾਨ ਮੈਂ ਤੇ ਕਹਿੰਦੇ ਉਸ ਅਕਾਲ ਪੁਰਖ ਦਾ ਉਸ ਪ੍ਰਭੂ ਦਾ ਉਪਾਸ਼ਕਾ ਉਹਦਾ ਨਾਮ ਹੀ ਮੇਰਾ ਧਰਮ ਹੈ ਧੱਕੇ ਨਾਲ ਜੰਝੂ ਪਾਉਣ ਲੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਪਾਉਣਾ ਅੱਜ ਨੌਵਾਂ ਜਾਮਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਹਮਣੇ ਕੀ ਤੱਕਦੇ ਨੇ ਧੱਕੇ ਨਾਲ ਜੰਝੂ ਲਾਏ ਜਾ ਰਹੇ ਨੇ ਪਹਿਲੇ ਜਾਮੇ ਵਿੱਚ ਕਹਿੰਦੇ ਮੈਂ ਧੱਕੇ ਨਾਲ ਜੰਝੂ ਪੈਣ ਨਹੀਂ ਦੇਣਾ ਤੇ ਅੱਜ ਨੌਵਾਂ ਜਾਮਾ ਹੈ ਜਦੋਂ ਗੈਰਾਂ ਦੇ ਜੰਝੂ ਲੈਣ ਲੱਗੇ ਤੇ ਬਾਪੂ ਕਹਿੰਦਾ ਮੈਂ ਧੱਕੇ ਨਾਲ ਜੰਝੂ ਲੈਣ ਨਹੀਂ ਦੇਣਾ ਸਿੱਖ ਜਗਤ ਦਾ ਸਿਧਾਂਤ ਰਿਹਾ ਏ ਧੱਕਾ ਜਰਨਾ ਨਹੀਂ ਤੇ ਕਿਸੇ ਨਾਲ ਧੱਕਾ ਕਰਨਾ ਨਹੀਂ ਆ ਗੋਬਿੰਦ ਰਾਏ ਜੀ ਕੋਲ ਖੇਡਣ ਨੌਵਾਂ ਕੁ ਬਰਿਆਂ ਦੀ ਉਮਰ 89 ਬਰਿਆਂ ਦੀ ਤਿਆਰੀ ਹੋ ਗਈ ਸਿਰ ਦੇਣ ਦੀ ਤੇ ਖੇਡਦੇ ਖੇਡਦੇ ਕਹਿੰਦੇ ਪੂਰੇ ਗੁਰ ਤੂੰ ਹੋਤ ਸਹਾਈ ਤੁਹਾਡੇ ਤੋਂ ਬਿਨਾ ਇਹਨਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਇਹਨਾਂ ਦਾ ਜਹਾਜ਼ ਡੁੱਬਦਾ ਤੁਸੀਂ ਬੰਨੇ ਲਾਉਣਾ ਹੈ ਮਹਾਰਾਜ ਕਹਿੰਦੇ ਗੋਬਿੰਦ ਰਾਏ ਜੀ ਠੀਕ ਹੈ ਇੱਕ ਗੱਲ ਦਾ ਖਿਆਲ ਰੱਖਿਓ ਤੁਸੀਂ ਜਤੀਮ ਹੋ ਜਾਣਾ ਤੇ ਜਤੀਮਾਂ ਦਾ ਹਾਲ ਆਪਾਂ ਜਾਣਦੇ ਆਂ ਵੀ ਗਲੀ ਚੋਂ ਕਾਕਾ ਨੰਗੇ ਨਾ ਸਿਰ ਤੇ ਬਾਪ ਨਾ ਹੋਵੇ ਤੇ ਜਿਹੜਾ ਮਰਜੀ ਪਟੋਕੀ ਮਾਰ ਲੈਂਦਾ ਹੈ ਸਿਰ ਤੇ ਵੀ ਇਹਦੇ ਪਿਛੇ ਕਿਹੜਾ ਕਿਸੇ ਨੇ ਆਉਣਾ ਹੈ ਤੁਹਾਡੇ ਲਈ ਸਮਾਂ ਮੁਸ਼ਕਲ ਲੰਘੇਗਾ ਦੁਖਦਾਈ ਹੋਵੇਗਾ ਇਹ ਲੋਕਾਂ ਲਈ ਫਾਇਦੇਮੰਦਾ ਸੌਦਾ ਹੈ ਤੁਹਾਡੇ ਲਈ ਨੁਕਸਾਨਦਾਇਕ ਹੈ ਸੋਚ ਲਓ ਇਹ ਆਪਾਂ ਨਹੀਂ ਕਰ ਸਕਦੇ ਇਹ ਬਚਨ ਖੁਦ ਖੁਦਾ ਗੁਰੂ ਗੋਬਿੰਦ ਦੀ ਕਰ ਸਕਦਾ ਹੈ ਗੱਜ-ਬੱਜ ਕੇ ਭਰੇ ਦਰਬਾਰ ਵਿੱਚ ਬਾਪੂ ਕਲਗੀ ਧਰਨੇ ਇੱਕ ਬਚਨ ਕਿਹਾ ਸੀ ਐਵੇਂ ਨਵਾਂ ਅਕਬਰਿਆਂ ਦੀ ਛੋਟੀ ਜੀ ਕਾਇਆ ਗੱਜ-ਬੱਜ ਕੇ ਆਖਣ ਲੱਗੇ ਪਿਤਾ ਜੀ ਜੇ ਇੱਕ ਗੋਬਿੰਦ ਦੇ ਜਤੀਮ ਹੋਇਆ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋਣੋਂ ਬਚ ਸਕਦੇ ਨੇ ਤੇ ਫਾਇਦੇਮੰਦਾ ਸੌਦਾ ਹੈ ਜਾ ਕੇ ਸਿਰ ਦੇ ਦਿਓ। ਇਹ ਗੁਰੂ ਗੋਬਿੰਦ ਕਰ ਸਕਦਾ ਹੈ। ਇਹੀ ਸਾਡੀ ਮਾਤਾ ਗੁਜਰੀ ਨੇ ਬੋਲ ਕਹੇ ਸਨ। ਹੁਣ ਮਹਾਰਾਜ ਨੇ ਮਾਤਾ ਗੁਜਰੀ ਵੱਲ ਤਕਿਆ ਇਹ ਇਨ੍ਹਾਂ ਨੂੰ ਮੈਂ ਪੁੱਛ ਲਵਾਂ। ਕਿਉਂਕਿ ਜਦੋਂ ਸਿਰ ਦਾ ਸਾਈਨ ਨਾ ਨਾ ਹੋਵੇ ਲੋਕਾਂ ਦੀ ਨਜ਼ਰ ਬਦਲ ਜਾਂਦੀ ਹੈ। ਇੱਕ ਪੰਕਤੀ ਆਉਂਦੀ ਹੈ ਬਾਣੀ ਵਿੱਚ ਜਿਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਗੈਰਾਂ ਦੀ ਤੇ ਛਡੋ ਘਰ ਚ ਹੀ ਨਿਗਾ ਬਦਲ ਜਾਂਦੀ ਹੈ ਤੇ ਚ ਸਮਝਦੇ ਨੇ ਬੀਬੀ ਨੂੰ ਖਸਮ ਨਾ ਆਵੇ ਸਿਰ ਤੇ ਗਲੀ ਮਹੱਲੇ ਲੋਕ ਛੇੜਦੇ ਨੇ ਜੇ ਸਿਰ ਤੇ ਮਾਲਕ ਨਾ ਆਵੇ ਤੇ ਮਾਲਕ ਦੇ ਹੁੰਦਿਆਂ ਲੋਕ ਨਦਰ ਨੀਵੀਂ ਰੱਖਦੇ ਸੀ ਵੀ ਉਛਣ ਵਾਲਾ ਖਸਮ ਬੈਠਾ ਹੈ ਮਾਤਾ ਗੁਜਰੀ ਨੂੰ ਕਹਿੰਦੇ ਵਿਧਵਾ ਹੋ ਜਾਣਾ ਹੈ ਲੋਕਾਂ ਦੀ ਨਜ਼ਰ ਬਦਲ ਜਾਂਦੀ ਹੈ ਤੇ ਸਾਡੀ ਮਾਂ ਮਾਮੂਲੀ ਨਹੀਂ ਸੀ ਨਾ ਕਿਉਂਕਿ ਖੁਦਾ ਨੂੰ ਦੁਨੀਆ ਤੇ ਲਿਆਂਦਾ ਹੈ ਗੁਰੂ ਗੋਬਿੰਦ ਨੂੰ ਏਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਉਹ ਗੁਰੂ ਗੋਬਿੰਦ ਜਿਹਦੀ ਲੋਕ ਤੇ ਪਰਲੋਕ ਵਿੱਚ ਮਨਜ਼ੂਰੀ ਚੱਲਦੀ ਹੈ ਉਹਨੂੰ ਦੁਨੀਆ ਤੇ ਲਾਈ ਹੈ ਮਾਤਾ ਗੁਜਰੀ ਮਾਮੂਲੀ ਮਾਂ ਨਹੀਂ ਹੈ ਆ ਲੋਕ ਦੇਵੀਆਂ ਲੱਭਦੇ ਫਿਰਦੇ ਨੇ ਮੂਰਤਾਂ ਚੋਂ ਮੈਂ ਕਹਿੰਦਾ ਹੁਣ ਜਿੰਨੀਆਂ ਮਰਜ਼ੀ ਛਾਣਬੀਣ ਕਰਕੇ ਲੱਭ ਲਿਓ ਮਾਂ ਗੁਜਰੀ ਤੋਂ ਵੱਡੀ ਕੋਈ ਦੇਵੀ ਨਹੀਂ ਕਿਉਂ ਦੇਵੀ ਹੈ ਕਿਉਂ ਦੇਵੀ ਹੈ ਉਹਦਾ ਇੱਕ ਕਾਰਨ ਹੈ ਬਾਪੂ ਕਹਿੰਦਾ ਤੁਸੀਂ ਵਿਧਵਾ ਹੋ ਜਾਣਾ ਹੈ ਤੁਹਾਡੇ ਲਈ ਫਾਇਦੇਮੰਦਾ ਸੌਦਾ ਨਹੀਂ ਹੈ ਭਾਰਤ ਵਰਸ਼ ਲਈ ਫਾਇਦੇਮੰਦਾ ਹੈ ਤੇ ਮਾਂ ਗੁਜਰੀ ਨੇ ਇੱਕ ਬਚਨ ਕਿਹਾ ਸੀ ਕਹਿੰਦੀ 헤 ਸਿਰ ਦੇ ਸਾਈ ਜੇ ਤੁਹਾਡੇ ਸ਼ਹੀਦ ਹੋਇਆਂ ਮੈਂ ਵਿਧਵਾ ਹੁੰਦੀ ਆ ਤੇ ਠੀਕ ਹੈ ਪਰ ਭਾਰਤ ਵਰਸ਼ ਦੀਆਂ ਲੱਖਾਂ ਬੀਬੀਆਂ ਰੰਡੀਆਂ ਹੋਣੋਂ ਬਚ ਜਾਣਗੀਆਂ ਇਹ ਫਾਇਦੇਮੰਦਾ ਸੌਦਾ ਹੈ ਤੁਸੀਂ ਜਾ ਕੇ ਸਿਰ ਦੋ ਕਿ ਆਮ ਔਰਤ ਨਹੀਂ ਕਹਿ ਸਕਦੀ ਆਪ ਵਿਧਵਾ ਹੋ ਕੇ ਭਾਰਤ ਵਰਸ਼ ਦੇ ਅੰਦਰ ਹਰ ਇਸਤਰੀ ਦਾ ਸੁਹਾਗ ਰੱਖਿਆ ਤੇ ਮਾਂ ਗੁਜਰੀ ਨੇ ਰੱਖਿਆ ਇਦੋਂ ਵੱਡੀ ਦੇਵੀ ਕਿਹੜੀ ਹੋ ਸਕਦੀ ਹੈ ਜਦੋਂ ਕਲਗੀਧਰ ਨੇ ਕਿਹਾ ਨਾ ਪੂਰੇ ਗੁਰ ਤੁਮ ਹੋਤ ਸਹਾਈ ਸਹਾਇਤਾ ਕਰੋ ਇਹਨਾਂ ਦੀ ਫਾਰਸੀ ਵਿੱਚ ਇੱਕ ਬਚਨ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਗੇ ਜਨ ਦੀ ਗਰੀ ਜ਼ਰਾ ਸ਼ਾਹ ਜ਼ਮਰ ਤੇਗੇ ਜਨ ਦੀ ਗਰੀ ਜ਼ਰਾ ਸ਼ਾਹ ਜ਼ਮਰ ਇਹਦਾ ਮਤਲਬ ਪਤਾ ਕੀ ਹੈ ਕਹਿੰਦੇ ਮੈਨੂੰ ਯਕੀਨ ਹੈ ਮੇਰੇ ਤੋਂ ਬਾਅਦ ਇੱਕ ਕਾਇਆ ਭਾਵੇਂ ਛੋਟੀ ਐ ਤੇਗ ਪਹਿਨਣ ਵਾਲਾ ਗੋਬਿੰਦ ਰਾਏ ਮੇਰਾ ਦਿਲਬੰਦ ਧਰਮ ਦੀ ਰੱਖਿਆ ਕਰ ਪਾਵੇਗਾ ਇਹ ਤਿਆਰ ਹੋ ਗਿਆ ਹੈ ਨਵਾਂ ਵਰਿਆਂ ਦਾ ਹੀ ਤਿਆਰ ਹੋ ਗਿਆ ਹੈ ਮਹਾਰਾਜ ਚੱਲਦੇ ਨੇ ਫਿਰ ਸ਼ਹਾਦਤ ਹੁੰਦੀ ਹੈ ਆਟੋ ਬਾਇਓਗ੍ਰਾਫੀ ਵਿੱਚ ਕਲਗੀ ਧਰਨੇ ਲਿਖਿਆ ਵਿੱਚ ਤਰਨਾਟਕ ਵਿੱਚ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸ਼ੀ ਨਾਉ ਚਰੀ ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਣ ਤੇਗ ਬਹਾਦਰ ਕੇ ਚਲਤ ਭयो जगत ਕੋ ਸੋਕ ਹੈ 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 ਸਭ जग ਭयो ਜੈ 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 ਸਰ ਲੋਕ ਤਿੰਨਾ ਲੋਕਾਂ ਵਿੱਚ ਜੈ ਜੈਕਾਰ ਹੋਈ ਇਓ ਸਮਝ ਲਓ ਅੱਜ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਹੁਕਮਰਾਨ ਸਨਾਤਨ ਮਤੀਏ ਲੱਖ ਦਾਵੇ ਪਏ ਕਰਦੇ ਨੇ ਵੀ ਅਸੀਂ ਬੜੇ ਮਹਾਨ ਸਾਡੇ ਕੋ ਵੱਡੇ ਤਖਤ ਸਾਡਾ ਮਹਾਨ ਦੇਸ਼ ਅਨੰਦਾਂ ਦੀ ਪੂਰੀ ਨਾ ਹੁੰਦੀ ਨਾ ਤੁਹਾਡਾ ਤਖਤ ਹੀ ਹੁੰਦਾ ਨਾ ਧੋਤੀ ਨਾ ਬੋਦੀ ਨਾ ਮੰਦਰਾਂ ਦੇ ਟੱਲ ਤੇ ਨਾ ਤੁਹਾਡਾ ਜੰਜੂ ਹੀ ਹੁੰਦਾ ਅਗਰ ਦੁਨੀਆ ਤੇ ਤੁਹਾਡਾ ਵजूद ਹੈ ਤੇ ਉਹ ਅਨੰਦਾਂ ਦੀ ਪੂਰੀ ਦਾ ਕਰਕੇ ਹੈ ਇਥੋਂ ਗਿਆ ਸੀ ਬਾਪੂ ਸਿਰ ਦੇਣ ਚਾਵਲਾ ਸਾਹਿਬ ਦੱਸ ਕੇ ਗਏ ਨੇ ਤੁਹਾਨੂੰ ਇਹ ਉਹ پاک ਰੂਹੇ ਜ਼ਮੀਨ ਹੈ ਜਿਹਦਾ ਕਰਕੇ ਏਡੇ ਵੱਡੇ ਭਾਰਤ ਦਾ ਦੁਨੀਆ 'ਤੇ ਨਾਮੋ ਨਿਸ਼ਾਨ ਬਚਿਆ ਹੈ ਇੱਥੇ ਸਿੱਖਾਂ ਨੂੰ ਹੀ ਨਹੀਂ ਭਾਰਤ ਵਰਸ਼ ਦੇ ਅੰਦਰ ਜਿਤਨੇ ਵੀ ਇਸ ਡੈਮੋਕਰੇਸੀ ਅੰਦਰ ਧਰਮ ਵਸਦੇ ਨੇ ਹਰ ਧਰਮ ਦੇ ਲੋਕਾਂ ਨੂੰ ਸਜਦਾ ਕਰਨ ਆਉਣਾ ਚਾਹੀਦਾ ਹੈ ਇਦੋਂ ਵੱਡਾ ਨਾ ਕੋਈ ਦੁਨੀਆ 'ਤੇ ਤੀਰਥ ਹੈ ਨਾ ਹੋ ਸਕਦਾ ਹੈ ਖੈਰ ਇਹ ਉਹ ਪਾਕ ਜਗਾ ਹੈ ਅੱਗੇ ਆਓ ਤਿਲਕ ਜੰਝੂ ਰੱਖ ਲਿਆ ਇਥੋਂ ਚੱਲ ਕੇ ਮਹਾਰਾਜ ਦਾ ਸੀਸ ਲੈ ਕੇ ਬਾਬਾ ਜੇਤਾ ਜੀ ਆਏ ਬਾਬਾ ਜੀਵਨ ਸਿੰਘ ਬਣੇ ਬਾਦ ਚੰਬਰ ਛੱਕੇ ਸੀਸ ਗੰਝ ਪਾਕ ਜਗਾ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਜਿੱਥੋਂ ਮਹਾਰਾਜ ਦਾ ਜਦੋਂ ਸੀਸ ਆਉਂਦਾ ਹੈ ਸਸਕਾਰ ਕੀਤਾ ਗਿਆ ਏਵੀ ਪਾਕਿਸਤਾਨ ਉਹੀ ਹੈ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਜਿਸ ਜਗ੍ਹਾ ਤੇ ਉਹਨਾਂ ਦੀ ਦਸਤਾਰ ਬੰਦੀ ਹੁੰਦੀ ਹੈ ਗੁਰਤਾ ਗੱਦੀ ਦੇ ਉਹ ਮਾਲਕ ਬਣਦੇ ਨੇ ਅਕਾਲ ਪੁੰਗਾ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਛੋਟੀ ਉਮਰਈ ਗੁਰੂ ਨਾਨਕ ਦੇ ਅਸਮਤੀ ਤਖਤ ਦੇ ਵਾਰਿਸ ਬਣੇ ਉਹ ਪਾਕ ਜਗਾ ਵੀ ਇੱਥੇ ਐ ਅੱਜ ਸਮਾਂ ਆਇਆ ਥੋੜੇ ਵੱਡੇ ਹੋਏ ਨੇ ਜਵਾਨੀ ਆਈ ਐ ਆਨੰਦਪੁਰ ਦੇ ਇਲਾਕੇ ਵਿੱਚ ਇਤਨੇ ਵਿਆਹ ਮਹਾਰਾਜ ਦੇ ਹੋਏ ਨੇ ਚਾਹੇ ਉਹ ਲਾਹੌਰ ਤੋਂ ਰਿਸ਼ਤਾ ਆਇਆ ਸੀ ਚਾਹੇ ਮਾਤਾ ਸਹਿਬ ਕੌਰ ਨੇ ਮਾਤਾ ਸੁੰਦਰ ਕੌਰ ਨੇ ਮਾਤਾ ਜੀਤ ਕੌਰ ਨੇ ਤਿੰਨ ਮਹਾਰਾਜ ਦੇ ਆਨੰਦ ਕਾਰਜ ਹੁੰਦੇ ਨੇ ਮਾਤਾ ਜੀਤ ਕੌਰ ਪਾਈ ਹਰਜਸ ਖਤਰੀ ਜੀ ਦੀ ਲਖਤੇ ਜ਼ਿਗਰ ਲਾਹੌਰ ਦੇ ਰਹਿਣ ਵਾਲੇ ਨੇ ਗੁਰਾਂ ਇੱਥੇ ਹੀ ਗੁਰੂ ਕਾ ਲਾਹੌਰ ਬਣਾ ਦਿੱਤਾ ਲਾਹੌਰ ਦੇ ਵਾਸੀ ਸਨ ਆਉਂਦਾ ਨਾ ਲਾਹੌਰ ਕੀ ਸੰਗਤ ਸਮੁਦਾਈ ਅਨਕ ਅਕੋਰਨ ਲੈ ਕੇ ਆਈ ਲਾਹੌਰ ਦੀ ਸੰਗਤ ਆਈ ਸੀ ਮਾਤਾ ਅਜੀਤ ਕੌਰ ਲੜਦੇ ਨਾਲ ਲਾ ਦਿੱਤੀ ਪਿਤਾ ਹਰਜਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ। ਆਨੰਦ ਕਾਰਜ ਹੁੰਦਾ ਹੈ। ਦੂਸਰਾ ਆਨੰਦ ਕਾਰਜ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਮਾਤਾ ਸੁੰਦਰ ਕੌਰ ਜੀ ਨਾਲ ਹੁੰਦਾ ਹੈ। ਹੁਣ ਤੀਸਰਾ ਮਾਤਾ ਸਹਿਬ ਕੌਰ ਜੀ ਨਾਲ ਹੁੰਦਾ ਹੈ ਕਦੇ ਤਵਾਰੀਖ ਗੁਰੂ ਖਾਲਸਾ ਪੜਿਓ ਜਿਸ ਦਿਨ ਮਾਪੇ ਲੈ ਆਏ ਤੀਜੇ ਦਿਨ ਲਾਵਾਂ ਲੈ ਲਈਆਂ ਪਾਤਸ਼ਾਹ ਨੇ। ਤਿੰਨ ਵਿਆਹ ਹੁੰਦੇ ਨੇ ਗਿਆਨੀ ਗਿਆਨ ਸਿੰਘ ਨੇ ਬੜਾ ਸੁੰਦਰ ਇਹਦੇ ਬਾਰੇ ਜ਼ਿਕਰ ਕੀਤਾ ਹੈ ਜੇਲਮ ਦੇ ਰਹਿਣ ਵਾਲੇ ਸਨ ਮਾਤਾ ਜੀ ਖੈਰ ਚਾਰ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਸੇ ਹੀ ਅਰੂਹੇ ਜ਼ਮੀਨ ਤੇ ਪ੍ਰਗਟ ਹੁੰਦੇ ਨੇ ਬਚਪਨ ਇੱਥੇ ਕੱਢਿਆ ਸੀ ਆਨੰਦ ਇੱਥੇ ਹੁੰਦੇ ਨੇ ਇਸ ਇਲਾਕੇ ਵਿੱਚ ਹੁਣ ਹਸ਼ਿਆਰਪੁਰ ਤੋਂ ਮਾਤਾ ਸੁੰਦਰ ਕੌਰ ਜੀ ਆਉਂਦੇ ਨੇ ਉਹਨਾਂ ਦਾ ਵੀ ਵਿਆਹ ਹੁੰਦਾ ਹੈ ਮਾਤਾ ਸਹਿਬ ਕੌਰ ਜੀ ਆਉਂਦੇ ਨੇ ਉਹਨਾਂ ਦਾ ਵੀ ਵਿਆਹ ਹੁੰਦਾ ਹੈ ਜੇਲਮ ਅੱਜ ਕੱਲ ਜੋ ਪਾਕਿਸਤਾਨ ਹੈ ਸਮਾਂ ਆਇਆ ਇਹ ਤਿੰਨ ਸੁਹਾਗਵੰਤੀਆਂ ਵੱਡੇ ਭਾਗਾ ਵਾਲੀਆਂ ਮੈਂ ਕਵਾਂਗਾ ਜਿਨ੍ਹਾਂ ਨੂੰ ਖੁਦ ਖੁਦਾ ਖਸਮ ਦੇ ਤੌਰ ਤੇ ਮਿਲ ਗਿਆ ਮਿਲਦਾ ਹੈ ਜੀ ਜਿਹੜੇ ਹੁਕਮ ਵਿੱਚ ਚੱਲਦੇ ਨੇ ਸਦਾ ਸੁਹਾਗਣ ਜੇ ਹੁਕਮ ਹੈ ਬੂਝੈ ਸਤਗੁਰ ਸੇਵੈ ਲਿਵ ਲਾਏ ਉਹ ਸੁਹਾਗਵੰਤियां ਬਣ ਜਾਂਦੀਆਂ ਨੇ ਖੈਰ ਹੁਣ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਪ੍ਰਗਟ ਹੁੰਦੇ ਨੇ ਬਾਬਾ ਫਤਿਹ ਸਿੰਘ ਪ੍ਰਗਟ ਹੁੰਦੇ ਨੇ ਇੱਥੇ ਉਹਨਾਂ ਦਾ ਬਚਪਨ ਬੀਤਿਆ ਹੈ ਗਤਕਾ ਇੱਥੇ ਸਿੱਖਿਆ ਗਿਆਨ ਗੁਰੂ ਪਾਤਸ਼ਾਹ ਪਾਸੋਂ ਇੱਥੇ ਲਿਆ ਇਨਾਂ ਗਲੀਆਂ ਦੇ ਵਿੱਚ ਉਹ ਖੇਡੇ ਨੇ ਅੱਜ ਹਾਲਾਤ ਐਸੇ ਬਣ ਗਏ ਗੁਰਾਂ ਨੇ ਇੱਕ ਨਦਰ ਦੁੜਾਈ ਵੀ ਗੁਰੂ ਨਾਨਕ ਸਾਹਿਬ ਵੇਲੇ ਨਾ ਅਗਿਆਨ ਦਾ ਬੋਲਬਾਲਾ ਸੀ ਤੇ ਗਿਆਨ ਦੀ ਤਲਵਾਰ ਲੈ ਕੇ ਗੁਰੂ ਨਾਨਕ ਸਾਹਿਬ ਨੇ ਸਫਾਈ ਕਰ ਦਿੱਤੀ ਅੱਜ ਅਗਿਆਨ ਨਾਲੋਂ ਵੱਧ ਕੇ ਰਾਜਸੀ ਧੱਕਾ ਹੈ ਉਦੋਂ ਅਗਿਆਨ ਦਾ ਧੱਕਾ ਸੀ ਗਿਆਨ ਦੀ ਤਲਵਾਰ ਚੱਲ ਗਈ ਹੁਣ ਗਿਆਨ ਦੀ ਤਲਵਾਰ ਚਲਾਉਣ ਵਾਲਿਆਂ ਨੂੰ ਤੇ ਚਾਂਦਨੀ ਚੌਕ ਬਿਠਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਗਿਆਨ ਦੀ ਗੱਲ ਕਰਨ ਵਾਲਿਆਂ ਨੂੰ ਤੇ ਤਤੀ ਤਵੀ ਤੇ ਬਾਹ ਦਿੱਤਾ ਜਾਂਦਾ ਹੈ ਗੁਰੂ ਅਰਜਨ ਸਾਹਿਬ ਸ਼ਹੀਦ ਕਰ ਦਿੱਤੇ ਹੁਣ ਆਖਣ ਲੱਗੇ ਲੋ ਖੜਗ ਦੇ ਨਾਲ ਇਹਨਾਂ ਦੀ ਸਫਾਈ ਕਰਨੀ ਪੈਣੀ ਹੈ ਰਾਜਸੀ ਧੱਕੇ ਨੂੰ ਰੋਕਣਾ ਪੈਣਾ ਹੈ ਮਹਾਰਾਜ ਨੇ ਤਿਆਰੀ ਕੀਤੀ ਹੈ 1699 ਦੀ ਵਿ사ਖੀ ਹੈ 1756 ਬਿਕਰਮੀ ਸੰਮਤ 1 ਵਿ사ਖ ਅਨੰਦਾ ਦੀ ਪੁਰੀ ਦੀ ਪਾਕ ਜਗਾ ਕੇਸਗੜ ਸਾਹਿਬ ਇੱਥੇ ਮਹਾਰਾਜ ਨੇ ਖੰਡੇ ਦੀ ਪੌਲ ਵਰਸਾਈ ਹੈ ਦੇਖੋ ਮੈਂ ਇੱਕ ਬਚਨ ਕਹਿ ਦਵਾਂ ਹੁਕਮ ਚੰਮਰਤ ਹੈ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਹੁਕਮ ਚ ਅਮਰਤ ਹੈ ਹੁਕਮ ਕੀਤਾ ਪੰਜ ਬਾੜੀਆਂ ਪੜੀਆਂ ਬਾਬਾ ਜੈਤਾ ਜੀ ਕਹਿੰਦੇ ਜਪਜਾਪ ਸਵਈਏ ਚੋਪੀ ਆਨੰਦ ਸੋ ਪਾਠ ਸੋ ਪਾਹਲ ਤਿਆਰ ਕਰੀ ਜਾਂ ਕਹਿੰਦੇ ਪੰਜ ਬਾੜੀਆਂ ਪੜ ਕੇ ਅਮਰਤ ਤਿਆਰ ਕੀਤਾ ਗਿਆ ਕਹਿੰਦੇ ਅਸੀਂ ਛਕਿਆ ਕੀ ਬਣ ਗਏ ਜੀਵਨ ਸਿੰਘ ਇਦਾਂ ਪੰਜ ਪਿਆਰੇ ਸਾਜੇ ਗਏ ਪਾਈ ਨੰਦ ਲਾਲ ਨੇ ਵੀ ਗਵਾਹੀ ਭਰੀ ਆ ਕਿ ਸ਼ੇਰਾਨੇ ਅਫਵਾਜ਼ੇ ਮਨਸੂਰੇ ਅਸ਼ਯਕਾ ਤਾਜ਼ ਕਹਿੰਦੇ ਅੰਮ੍ਰਿਤ ਪੀ ਕੇ ਹਰ ਉਹ ਕਾਇਰ ਇਨਸਾਨ ਜਿਹੜਾ ਗੁਰੂ ਦੀ ਸ਼ਰਨ ਆਇਆ ਉਹ ਸ਼ੇਰ ਬਣ ਗਿਆ ਸ਼ੇਰ ਵੀ ਉਹ ਜਿਹੜਾ ਹਾਰਦਾ ਨਹੀਂ ਹੈ ਬੱਬਰ ਸ਼ੇਰ ਮਨਸੂਰ ਬਣ ਗਿਆ ਲੱਖਾਂ ਨੂੰ ਜਿੱਤਣ ਵਾਲਾ ਬਣ ਗਿਆ ਕਹੇ ਜ਼ੇ ਇਨਸ਼ਾਹ ਮਲਕ ਨਾਮੁਦਸਤ ਉਹ ਇਜ਼ਤੇ ਖਾਕੀਆਂ ਫਜ਼ੂਦਸਤ ਉਹ ਉਸਨੇ ਅੰਮ੍ਰਿਤ ਛਕਾ ਕੇ ਮਲਕ ਬਣਾ ਦਿੱਤੇ ਦੇਵਤੇ ਬਣਾ ਦਿੱਤੇ ਭਾਈ ਨੰਦ ਲਾਲ ਗਵਾਹੀ ਭਰ ਰਹੇ ਨੇ ਪਤਾ ਨਹੀਂ ਇਹ ਕਿਹੜਾ ਇਤਿਹਾਸ ਲੱਭਦੇ ਫਿਰਦੇ ਦੀ ਅਮਰਤ ਨਹੀਂ ਛਕਾਇਆ ਪੰਜ ਬਾਣੀਆਂ ਨਹੀਂ ਪੜੀਆਂ ਸਭ ਕੁਝ ਪਿਆ ਹੈ ਕਦੇ ਸ਼ੰਕਾ ਨਹੀਂ ਕਰਨਾ ਇਤਿਹਾਸ ਦੇ ਵਿੱਚ ਸਭ ਲੱਭ ਜਾਵੇਗਾ ਜੇ ਖੋਜ ਕਰੋਗੇ ਤੁਸੀਂ ਤੇ ਮਹਾਨ ਹੈ ਗੁਰੂ ਗੋਬਿੰਦ ਤਾਈਂ ਕਿਹਾ ਜਾਂਦਾ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾ ਰਚਕ ਸਮੇਂ ਚ ਦੇਵਤੇ ਬਣਾ ਦਿੰਦਾ ਹੈ ਇਹ ਉਹਦੀ ਪਹੁੰਚ ਹੈ ਹੀ ਮੇਡ ਐਂਜਲਸ ਆਊਟ ਆਫ men ਅੰਗਰੇਜ਼ੀ ਦੇ ਟਿਕਾਕਾਰ ਵੀ ਇਹੀ ਕਹਿੰਦੇ ਨੇ ਖੈਰ ਖੰਡੇ ਦੀ ਪੌੜ ਛਕਾਈ ਗਈ ਮਿੱਟੀ ਚ ਰੁਲਦਿਆਂ ਨੂੰ ਤਖਤਾਂ ਦੇ ਮਾਲਕ ਬਣਾਉਣ ਦੀ ਤਿਆਰੀ ਚੱਲ ਪਈ ਤਲਵਾਰ ਚੁੱਕਣ ਦਾ ਕਾਰਨ ਇੱਕ ਹੀ ਹੈ ਪ੍ਰੇਮ ਦੀ ਪਰਿਭਾਸ਼ਾ ਮੁਗਲਿਆ ਸਲਤਨਤ ਸਮਝ ਨਹੀਂ ਸੀ ਰਹੀ ਅੱਛਾ ਸ਼ੇਰ ਅੱਗੇ ਤੁਸੀਂ ਹੱਥ ਜੋੜੋ ਖਾਂ ਦੋਵੇਂ ਵੀ ਸ਼ੇਰ ਦੀ ਮਹਾਰਾਜ ਗਊਆਂ ਦਾ ਸ਼ਿਕਾਰ ਖੇਡਣਾ ਛੱਡ ਦਿਓ ਤੇ ਟਲ ਜਾਵੇਗਾ ਨਹੀਂ ਨਿਮਰਤਾ ਕੰਮ ਨਹੀਂ ਆਉਂਦੀ ਸ਼ੇਰ ਅੱਗੇ ਸ਼ੇਰ ਅੱਗੇ ਸਾਹਸ ਵਿਖਾਉਣਾ ਪੈਂਦਾ ਹੈ ਮੁਗਲ ਉਹ ਨਰਬਖਸ਼ੀ ਸ਼ੇਰ ਸਨ ਜਿਹੜੇ ਹਰ ਇੱਕ ਦੇ ਹੱਕ ਤੇ ਪੰਜਾ ਮਾਰਦੇ ਸਨ ਗੁਰੂ ਗੋਬਿੰਦ ਸਿੰਘ ਕਹਿੰਦੇ ਗਊਆਂ ਬਣੇ ਰਹੇ ਹੋ ਮਹਿਮੂਦ ਗ਼ਸਨਵੀ ਦੇ ਸਮੇਂ ਤੋਂ 700 700 ਵਰੇ ਦੀ ਗੁਲਾਮੀ ਚ ਰਹੇ ਹੋ ਤਰਲਿਆਂ ਨਾਲ ਆਜ਼ਾਦੀ ਨਹੀਂ ਆਉਂਦੀ ਤਲਵਾਰ ਫੜਿਆਂ ਆਜ਼ਾਦ ਹੋਇਆ ਜਾਂਦਾ ਹੈ ਲੋਕ ਗੁਰੂ ਦੇ ਚਰਨਾਂ ਵਿੱਚ ਆ ਗਏ ਤੇ ਗੁਰੂ ਕੀ ਕਰਦਾ ਹੈ ਸਤਗੁਰ ਦਾਤਾ ਮੁਕਤ ਕਰਾਏ ਗੁਰੂ ਮੁਕਤੀ ਬਖਸ਼ਦਾ ਹੈ ਗੁਰੂ ਦੀ ਇਹ ਪਹੁੰਚ ਹੈ ਗੁਰੂ ਗ੍ਰੈਂਡ ਲਿਬਰੇਸ਼ਨ ਗੁਰੂ ਮੁਕਤ ਕਰਦਾ ਹੈ ਤਿਆਰੀ ਹੋ ਗਈ ਕਾਦੀ ਤਿਆਰੀ ਹੋਈ ਜੀ ਕਾਟੀ ਬੇਰੀ ਪਗਹ ਤੇ ਗੁਰਕੀਨੀ ਬੰਦ ਖਲਾਸ ਵਿਕਾਰਾਂ ਦੇ ਰੋਗਾਂ ਦੇ ਸੋਗਾਂ ਦੇ 84 ਲੱਖ ਜੂਨ ਦੇ ਤੇ ਪ੍ਰਤੱਖ ਗੁਲਾਮੀ ਦੇ ਸੰਗਲ ਬੇੜੀਆਂ ਕੱਟਦਾ ਹੈ ਗੁਰੂ ਤਲਵਾਰ ਪਕੜਾ ਦਿੱਤੀ ਗਈ 22 ਧਾਰ ਦੇ ਰਾਜੇ ਨਾ ਔਰੰਗਜ਼ੇਬ ਦੇ ਪਖ ਵਿੱਚ ਜਾ ਖਲੋਤੇ ਕਦੇ ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਾਦਾ ਗੁਰੂ ਹਰगोਬਿੰਦ ਸਾਹਿਬ ਨੇ ਗਵਾਲੀਅਰ ਚੋਂ ਕਿਲੇ ਚੋਂ ਰਿਹਾ ਕਰਾਇਆ ਸੀ ਜਿੱਥੋਂ ਹੱਡੀਆਂ ਹੀ ਵਾਪਸ ਆਉਂਦੀਆਂ ਸੀ ਬੰਦਾ ਨਹੀਂ ਸੀ ਆਉਂਦਾ ਇਹ ਅਕ੍ਰਿਤ ਕਣ ਨਿਕਲੇ ਇਹ ਤਾਰਾਵਾਂ ਨਦੀਆਂ ਦੇ ਵਹਿਣ ਨਾਲ ਬਣੀਆਂ ਸਨ 22 ਲਾਕੇ ਬਣੇ ਸਨ ਭੀਮਚੰਦ ਇਹਨਾਂ ਦਾ ਵੱਡਾ ਆਗੂ ਸੀ ਉਹ ਗੁਰੂਕਿਆਂ ਦੇ ਖਿਲਾਫ ਹੋ ਗਿਆ ਉਹਨੇ ਸੋਚਿਆ ਵੀ ਸ਼ਾਇਦ ਮੇਰਾ ਤਖਤ ਮੱਲਣਗੇ ਪਰ ਗੁਰੂ ਸਾਹਿਬ ਚਾਹੁੰਦੇ ਸੀ ਇਹਨਾਂ ਨੂੰ ਨਜ਼ਾਤ ਦਿਵਾਉਣੀ ਉਹਨੇ ਹਮਲਾ ਕੀਤਾ ਹੈ ਜੀ ਸਿੱਖ ਇਤਿਹਾਸ ਕਦੇ ਪੜਿਓ ਭੀਮਚੰਦ ਨੇ ਪਹਿਲਾ ਹਮਲਾ ਕੀਤਾ ਵਜ਼ੀਰ ਖਾਂ ਦੀਆਂ ਫੌਜਾਂ ਲੈ ਲਈਆਂ ਪੈਂਦੇਖਾਂ ਤੇ ਦੀਨਾ ਬੇਗ ਨਾਲ ਲੈ ਗੁਰੂ ਸਾਹਿਬ ਇਹ ਵੀ ਜੰਗ ਜਿੱਤੇ ਨੇ ਫਿਰ ਭੀਮਚੰਦ ਨੇ ਅਗਲਾ ਹਮਲਾ ਕੀਤਾ ਗੁੱਜਰ ਰੰਗੜ ਲੁਟੇਰੇ ਲੈ ਲੈ ਮਸਤ ਹਾਥੀ ਵੀ ਲਿਆਂਦਾ ਜਦੋਂ ਬਾਬਾ ਬਛਤਰ ਸਿੰਘ ਜੰਗ ਲੜਦਾ ਹੈ ਇਹ ਵੀ ਜੰਗ ਪਾਤਸ਼ਾ ਜਿੱਤੇ ਨੇ ਵਾਰ-ਵਾਰ ਹਮਲੇ ਕੀਤੇ ਆ ਨਿਰਮੋਹਗੜ ਕਿਲਾ ਜਿਹੜਾ ਇੱਥੇ ਇੱਕ ਤੋਪਚੀ ਨੂੰ ਪੈਸੇ ਦਿੱਤੇ ਗੁਰੂ ਨੂੰ ਉਡਾ ਦਿਓ ਗੋਲਾ ਚੱਲਿਆ ਪਾਤਸ਼ਾ ਦਾ ਵਾਲ ਵਿੰਗਾ ਨਹੀਂ ਹੋਇਆ ਫਿਰ ਭੀਮ ਚੰਦ ਨੇ ਬਾਈ ਧਾਰ ਦੇ ਰਾਜਿਆਂ ਨੇ ਮੁਗਲਾਂ ਨੇ ਫੌਜਾਂ ਕੀਤੀਆਂ ਇਕੱਠੀਆਂ ਵਜ਼ੀਰ ਖਾਂ ਦੀਆਂ ਫੌਜਾਂ ਆਈਆਂ ਫਿਰ ਕਲਗੀ ਤਰਜਿਤ ਦੇ ਨੇ ਫਿਰ ਭੀਮ ਚੰਦ ਨੇ ਸੈਦ ਬੇਗ ਨੂੰ ਨਾਲ ਲਿਆ ਅਲਫ ਖਾਨ ਨੂੰ ਨਾਲ ਲਿਆ ਸੈਦ ਬੇਗ ਕਲਗੀ ਧਰਦੇ ਦਿਦਾਰੇ ਕਰਕੇ ਹੀ ਸਿੱਖ ਹੋ ਗਿਆ ਮੁਰੀਦ ਬਣ ਗਿਆ ਇਹ ਵੀ ਜੰਗ ਪਾਤਸ਼ਾਹ ਜਤੇ ਇਹ ਅਨੰਦਪੁਰ ਦੇ ਇਲਾਕੇ ਦੀ ਗੱਲ ਕਰਦਾ ਮੈਂ ਇੱਥੇ ਕੀ ਕੁਝ ਹੋਇਆ ਹੈ ਫਿਰ ਜਰਨੈਲ ਸੈਦ ਖਾਨ ਨੂੰ ਲੈਂਦਾ ਹੈ ਸੈਦ ਖਾਨ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਮੁਰੀਦ ਹੋ ਗਿਆ ਇਦਾਂ ਕਈ ਜੰਗਾਂ ਪਾਤਸ਼ਾਹ ਨੇ ਜੱਤੀਆਂ ਨੇ ਬਹੁਤ ਜੰਗਾਂ ਵਿੱਚ ਹਾਰ ਖਾਣ ਤੋਂ ਬਾਅਦ ਵਜ਼ੀਰ ਖਾਨ ਤੇ 22 ਧਾਰ ਦੇ ਰਾਜਿਆਂ ਪੀਮਚੰਦ ਹੋਣਾ ਇੱਕ ਸਕੀਮ ਘੜੀ ਹੈ ਵੀ ਔਰੰਗਜ਼ੇਬ ਨੂੰ ਲੰਮੀ ਚੌੜੀ ਚਿੱਠੀ ਲਿਖੀ ਇਹ ਪੰਜਾਬ ਦੀਆਂ ਜਿੰਨੀਆਂ ਚਾਹੇ ਫੌਜਾਂ ਅਸੀਂ ਲੈ ਲਈਏ ਗੁੱਜਰ ਰੰਗੜ ਪਹਾੜੇ ਦੇ ਟਟੂ ਇਕੱਠੇ ਕਰ ਲਈਏ ਲੁਟੇਰੇ ਇਕੱਠੇ ਕਰ ਲਈਏ ਗੁਰੂ ਗੋਬਿੰਦ ਜਿੱਤਿਆ ਨਹੀਂ ਜਾ ਸਕਦਾ ਤੂੰ ਦਿੱਲੀ ਤੋਂ ਫੌਜਾਂ ਭੇਜ ਤੂੰ ਅਜੇ ਸਮਝ ਨਹੀਂ ਰਿਹਾ ਭਾਰਤ ਵਰਸ਼ੰਦਰ ਇੱਕ ਅਨੰਦਾਂ ਦੀ ਪੁਰੀ ਐਸੀ ਹੈ ਜਿੱਥੇ ਤੇਰਾ ਹੁਕਮ ਲਾਗੂ ਨਹੀਂ ਹੈ ਔਰੰਗਜ਼ੇਬ ਦਾ ਹੁਕਮ ਸੀਨਾ ਗੁਲਾਮ ਘੋੜੇ ਤੇ ਨਹੀਂ ਚੜ ਸਕਦਾ ਤੇ ਗੁਲਾਮ ਕਲਗੀ ਨਹੀਂ ਲਾ ਸਕਦਾ ਗੁਲਾਮ ਪਗੜੀ ਨਹੀਂ ਪਹਿਨ ਸਕਦਾ ਗੁਲਾਮ ਨਗਾਰਾ ਨਹੀਂ ਵਜਾ ਸਕਦਾ ਗੁਲਾਮ ਸ਼ਿਕਾਰ ਨਹੀਂ ਖੇਡ ਸਕਦਾ ਤੇ ਗੁਰੂ ਗੋਬਿੰਦ ਸਿੰਘ ਨੇ ਐਲਾਨ ਕੀਤਾ ਸੀ ਵੀ ਇਹ ਨੰਦਾਂ ਦੀ ਪੂਰੀ ਅਕਾਲ ਦਾ ਪਹਿਰਾ ਹੈ ਲੋਕ ਪਰਲੋਕ ਦੇ ਪਾਤਸ਼ਾਹ ਦਾ ਇੱਕ ਦੇਸ਼ ਦੇ ਪਾਤਸ਼ਾਹ ਦੀ ਇੱਥੇ ਤਾਕਤ ਨਹੀਂ ਚੱਲੇਗੀ ਹਕੂਮਤ ਨਹੀਂ ਚੱਲੇਗੀ ਤੂੰ ਕਹਿੰਦਾ ਹੈ ਹਰੰਗਜੀਬ ਪਗੜੀ ਨਹੀਂ ਬੰਨਣੀ ਮੇਰੇ ਸਿੰਘ ਦੁਮਾਲੇ ਸਜਾਉਂਦੇ ਨੇ ਤੂੰ ਕਹਿੰਦਾ ਹੈ ਕਲਗੀ ਨਹੀਂ ਲਾਉਣੀ ਜ਼ੋਹਰੀਆਂ ਨੂੰ ਸੱਦ ਕੇ ਲਿਆ ਤੇਰੀ ਕਲਗੀ ਨਾਲੋਂ ਸੁੰਦਰ ਕਲਗੀ ਹੀਰਿਆਂ ਨਾਲ ਜੜਤ ਕਲਗੀ ਤਰ ਲਾਉਂਦਾ ਹੈ ਤੂੰ ਕਹਿੰਦਾ ਨਗਾਰਾ ਨਹੀਂ ਗੁਲਾਮ ਵਜਾਉਂਦੇ ਇੱਥੇ ਗੁਰੂ ਗੋਬਿੰਦ ਸਿੰਘ ਰਣਜੀਤ ਨਗਾਰਾ ਵਜਾਉਂਦਾ ਹੈ ਜਿਹੜਾ ਬਾਈ ਧਾਰ ਦੀਆਂ ਵਾਦੀਆਂ ਨੂੰ ਕੰਬਣ ਲਾ ਦਿੰਦਾ ਹੈ ਉਹ ਤੂੰ ਕਹਿੰਦਾ ਘੋੜੇ ਨਹੀਂ ਰੱਖਣੇ ਇਹਦੇ ਕੋਲ ਸ਼ਾਹੀ ਦਿੱਲੀ ਦੀ ਫੌਜ ਨਾਲੋਂ ਸੁੰਦਰ ਘੋੜੇ ਨੇ ਨੁਕਰੇ ਘੋੜੇ ਨੇ ਆ ਕੇ ਵੇਖ ਅਰਬੀ ਘੋੜੇ ਇਹਦੇ ਤਬੀਲਿਆਂ ਵਿੱਚ ਵੱਜੇ ਹੋਏ ਨੇ ਇਹਦੇ ਵੱਲ ਧਿਆਨ ਦੇ ਤੂੰ ਤਖਤ ਦੀ ਗੱਲ ਕਰਦਾ ਸੀ ਇਹਨੇ ਕੇਸਗੜ੍ਹ ਸਾਹਿਬ ਦਾ ਤਖਤ ਤੇਰੇ ਦਿੱਲੀ ਦੇ ਤਖਤ ਨੂੰ ਉੱਚਾ ਬਣਾ ਦਿੰਦਾ ਹੈ ਇਹ ਨਾ ਹੋਵੇ ਤੇਰਾ ਦਿੱਲੀ ਦਾ ਤਖਤ ਮਲ ਲਵੇ ਤੇਰਾ ਹੁਕਮ ਅਨੰਦਪੁਰ ਵਿੱਚ ਲਾਗੂ ਨਹੀਂ ਹੈ ਇਸ ਦੀ ਬਗਾਵਤ ਇਨੀ ਵੱਧ ਜਾਵੇ ਵੀ ਤੇਰੇ ਤਖਤ ਦਾ ਖੁਰਾ ਖੋਜ ਮਟਾਵੇ ਫੌਜਾਂ ਭੇਜ ਰਲ ਮਿਲ ਕੇ ਹਮਲਾ ਕਰੀਏ ਤੇ ਸਾਂਝੇ ਦੁਸ਼ਮਣ ਦਾ ਖਾਤਮਾ ਕਰੀਏ ਇਹ ਪਿਓ ਦਾ ਬਦਲਾ ਲੈਣਾ ਚਾਹੁੰਦਾ ਹੈ ਤੇਰੇ ਕੋਲੋਂ ਗੱਲ ਕਾਦੀ ਜੋ ਝੂਠ ਫਰੇਬ ਸੀ ਚਿੱਠੀ ਚ ਲਿਖਿਆ ਚਿੱਠੀ ਪਹੁੰਚੀ ਔਰੰਗਜ਼ੇਬ ਕੋਲ ਦੱਖਣ ਵਿੱਚ ਸੀ ਕਹਿੰਦਾ ਮੈਂ ਫੌਜਾਂ ਤੋੜਦਾ ਉਹਨੇ ਸਮੇਂ ਤੱਕ ਇੱਕ ਕਾਸਿਦ ਭੇਜ ਦਿੱਤਾ ਹੁਕਮਨਾਮੇ ਭੇਜ ਦਿੱਤੇ ਸੂਬਾ ਲਾਹੌਰ ਨੂੰ ਸੂਬਾ ਸਰਹੰਦ ਨੂੰ ਸ਼ੂਬਾ ਕਸ਼ਮੀਰ ਨੂੰ ਉੱਤਰ ਭਾਰਤ ਦੀਆਂ ਫੌਜਾਂ ਵਿੱਚ ਜਿੰਨੇ ਇਹਦੇ ਜਰਨੈਲ ਸੀ ਸੂਬੇ ਸੀ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਨੇ ਅੱਛਾ ਧਿਆਨ ਤੇ ਦਿਓ ਵੀ ਇਹ ਆਨੰਦਪੁਰ ਰਹਿਣ ਵਾਲਾ ਫਕੀਰ ਇਹਦੀ ਤਾਕਤ ਕਿੰਨੀ ਹੋਵੇਗੀ ਉੱਤਰੀ ਭਾਰਤ ਦੀਆਂ ਸਾਰੀਆਂ ਹੀ ਫੌਜਾਂ ਆਨੰਦਪੁਰ ਚੜ੍ਹ ਕੇ ਆ ਗਈਆਂ ਨੇ ਇਹ ਫਕੀਰ ਹੈ ਕੋਈ ਬਾਦਸ਼ਾਹ ਨਹੀਂ ਹੈ ਕੋਈ ਰਾਜਾ ਨਹੀਂ ਹੈ ਕੋਈ ਜੰਗ ਜੂ ਕਿਰਿਆ ਨੂੰ ਅੰਜਾਮ ਦੇਣ ਵਾਲਾ ਨਹੀਂ ਹੈ ਪਰ ਇਹਦੀ ਤਾਕਤ ਕਿੰਨੀ ਹੋਵੇਗੀ ਉੱਤਰੀ ਭਾਰਤ ਦੀ ਸਾਰੀ ਫੌਜ ਆਈ ਬਾਣੀ ਪਤਾ ਕੀ ਕਹਿੰਦੀ ਹੈ ਸਤਗੁਰ ਜੇਵੜ ਅਵਰਨਾ ਕੋਏ ਗੁਰੂ ਵਰਗਾ ਕੋਈ ਨਹੀਂ ਹੈ ਗੁਰਪਾਰ ਬ੍ਰਹਮ ਪਰਮੇਸ਼ਰ ਸੋਏ ਇਸ ਗੱਲ ਦਾ ਖਿਆਲ ਰੱਖਿਓ देयर इज नो वन एल्स ग्रेट ਐਸ ਗ੍ਰੇਟ ਗੁਰੂ ਗੋਬਿੰਦ ਸਿੰਘ ਕੋਈ ਗੁਰੂ ਗੋਬਿੰਦ ਦਾ ਸਾਨੀ ਜਾਮਦਾਲ ਭਾਬਾ ਨਹੀਂ ਜੇ ਹੋ ਸਕਦਾ ਸਭ ਥੱਲੇ ਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਹੈ ਮਈ ਦਾ ਮਹੀਨਾ ਹੈ 1704 ਈਸਵੀ 1761 ਬਿਕਰਮੀ ਸੰਮਤ ਕੇਰਾ ਪੈ ਗਿਆ ਇਸ پاک ਅਨੰਦਾਂ ਦੀ ਪੁਰੀ ਨੂੰ ਇਸ ਵਾਰ ਲਾਹੌਰ ਦਾ ਨਵਾਬ ਜ਼ਬਰਦਸਤ ਖਾ ਫੌਜ ਲੈ ਕੇ ਚੜਿਆ ਹੈ ਸੂਬਾ ਸਰਹੰਦ ਵਜ਼ੀਰ ਖਾਂ ਫੌਜ ਲੈ ਕੇ ਚੜਿਆ ਹੈ ਕਸ਼ਮੀਰ ਦਾ ਸੂਬਾ ਫੌਜ ਲੈ ਕੇ ਚੜਿਆ ਹੈ ਭੀਮਚੰਦ ਬਾਈ ਧਾਰ ਦੇ ਤਕਰੀਬਨ ਹੀ ਸਾਰੇ ਰਾਜਿਆਂ ਨਾਲ ਫੌਜ ਲੈ ਕੇ ਚੜਿਆ ਹੈ ਲਾਕੇ ਚੋਂ ਗੁੱਜਰ ਰੰਗੜ ਲੁਟੇਰੇ ਇਕੱਠੇ ਹੋ ਗਏ ਵੀ ਗੁਰੂ ਘਰ ਧਨ ਬੜਾ ਚੜਦਾ ਹੈ ਤੇ ਗੁਰੂ ਨੂੰ ਘੇਰਨਾ ਹੈ ਅੱਲਾ ਯਾਰ ਖਾਂ ਕਹਿੰਦੇ ਸ਼ਾਹੀ ਫੌਜਾਂ ਦੀ ਗਿਣਤੀ ਲੱਖਾਂ ਚ ਹੋ ਗਈ ਹੈ ਤੁਸੀਂ ਦੇਖੋ 212 ਦੇ ਕਰੀਬ 22 ਰਾਜਿਆਂ ਚੋਂ ਰਾਜੇ ਨੇ ਬਾਈ ਧਾਰ ਦੇ ਉੱਤਰ ਭਾਰਤ ਦੀਆਂ ਮੁਗਲਾਂ ਦੀਆਂ ਸਾਰੀਆਂ ਫੌਜਾਂ ਨੇ 2-4 ਲੱਖ ਫੌਜ ਕਮ ਸੇ ਕਮ ਵੀ ਗਿਣੋ ਤੇ ਫਿਰ ਵੀ ਹੋਵੇਗੀ ਅਨੰਦਾਂ ਦੀ ਪੂਰੀ ਘੇਰ ਲਈ ਇਹ ਮੁਸਲਮਾਨ ਵੀਰ ਨੇ ਗਵਾਹੀ ਭਰੀ ਹੈ ਜਿਸ ਦਮ ਅਨੰਦਪੁਰ ਮੇ ਸਤਗੁਰੂ ਮੁਕੀਮ ਥੇ ਹਮਗਹ ਘਰ ਕੇ ਲੋਕ ਥੇ ਔਰ ਕੁਛ ਨਦੀਮ ਥੇ चारों तरफ के चारों तरफ से किले को घेरे गनीम थे टूटे से रिजक दिल सिंगो दो नीम थे प्यासे थे और भूख की शिद्दत भी कुमाल थी थी मुख्त सरसी फौज और वो भी निडाल थी अल्लाह यार खां कहते ने आनंदपुर पादशाह मुकीम ने ਮਕਾਮ ਤੇ ਠਹਿਰੇ ਹੋਏ ਨੇ ਅਰਬੀ ਦਾ ਲਫਜ਼ ਹੈ ਮੁਕੀਮ ਨਾਲ ਕੁਝ ਨਦੀਮ ਨੇ ਸਾਥੀ ਨੇ ਤੇ ਕਿਲੇ ਤੋਂ ਬਾਹਰ ਗਨੀਮ ਨੇ ਜਿਹੜੇ ਦੁਸ਼ਮਣ ਨੇ ਜਿਨ੍ਹਾਂ ਦੀ ਗਿਣਤੀ ਬੜੀ ਹੈ ਘੇਰਾ ਪੈ ਗਿਆ ਹਿਸਾਬ ਵਿੱਚ ਕਹਿੰਦਾ ਮੈਂ ਨਾ ਜਾਵਾਂ ਅਦਾ ਕੀ ਫੌਜ ਕੇ ਨਾ ਸੁਮਾਰੋ ਹਿਸਾਬ ਤੇ ਸਰਦਾਰੇ ਫੌਜ ਕੇ 1 ਨਹੀਂ 2 ਨਵਾਬ تھے ਅਦਾ ਉਦੂ ਦਾ ਬਹੁਵਚਨ ਹੈ ਉਦੂ ਦੁਸ਼ਮਣ ਨੂੰ ਕਹਿੰਦੇ ਨੇ ਫਾਰਸੀ ਚ ਗਿਣਤੀ ਕੋਈ ਨਹੀਂ ਹੈ ਹੁਣ ਦੇਖੋ ਇੰਨੀ ਫੌਜ ਇਹਨੇ ਘੋੜੇ ਤੋਪਾਂ ਰਫਲਾ ਸਭ ਕੁਝ ਲਾਕਾ ਉਜੜ ਗਿਆ ਲੋਕ ਬੜੇ ਦੁਖੀ ਨੇ ਘੇਰਾ ਲੰਮਾ ਚੱਲਿਆ ਬਰਸਾਤਾ ਨੰਗ ਗਈਆਂ ਗਰਮੀ ਨੰਗ ਕੇ ਹਟੀ ਸੀ ਬਰਸਾਤਾ ਨੰਗ ਗਈਆਂ ਫੌਜ ਡਗਮਗਾ ਗਈ ਐ ਵੀ ਕਿਲੇ ਚੋਂ ਨਿਕਲਦੇ ਨੇ ਹਮਲਾ ਕਰਦੇ ਨੇ ਹਜ਼ਾਰਾਂ ਦਾ ਖੁਰਾ ਖੋਜ ਮਟਾ ਕੇ ਸ਼ਹੀਦੀਆਂ ਪਾ ਜਾਂਦੇ ਨੇ ਇਹ ਆਨੰਦਗੜ੍ਹ ਕਿਲਾ ਮੱਲਿਆ ਨਹੀਂ ਜਾ ਰਿਹਾ ਅਖੀਰ ਇੱਕ ਵਿਉਂਤ ਘੜੀ ਐ ਵੀ ਝੂਠੀਆਂ ਕਸਮਾਂ ਖਾਈਏ ਗੁਰੂ ਧਰਮੀ ਐ ਤੇ ਹਰ ਧਰਮ ਦੇ ਉੱਤੇ ਇਹ ਵਿਸ਼ਵਾਸ ਕਰਦਾ ਹੈ ਹਰ ਧਰਮ ਦੇ ਉੱਤੇ ਅਕੀਦਾ ਰੱਖਦਾ ਹੈ ਭਰੋਸਾ ਕਰਦਾ ਹੈ ਪ੍ਰੇਮ ਕਰਦਾ ਹੈ ਸਾਰਿਆਂ ਨੂੰ ਇੱਕ ਮਿੱਟੀ ਤੋਂ ਬਣਿਆ ਹੋਇਆ ਇੱਕ ਖੁਦਾ ਦੀ ਬੰਸ ਸਮਝਦਾ ਹੈ ਕਲਗੀਧਰ ਦੇ ਹੀ ਬੋਲ ਨੇ ਨਾ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ ਅਛਾ ਕਸਮਾਂ ਖਾਦੀਆਂ ਪਹਿਲਾਂ ਕਰਿੰਦਿਆ ਨੇ ਕਾਸਿਦ ਆਏ ਮਹਾਰਾਜ ਕਹਿੰਦੇ ਆਨੰਦਪੁਰ ਨਹੀਂ ਛੱਡਣਾ ਮੈਨੂੰ ਨਹੀਂ ਪਤਾ ਤੁਹਾਡੇ ਦਿਲ 'ਚ ਕੀ ਹੈ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਹੈ ਪਰ ਉਹ ਜਿਹੜਾ ਕਲਗੀਧਰ ਹੈ ਨਾ ਬਿਨ ਬੋਲਿਆਂ ਸਭ ਕੁਛ ਜਾਣਦਾ ਉਹ ਜਾਣਦਾ ਹੈ ਉਹ ਸਿੰਘਾਂ ਜਿੱਦ ਕੀਤੀ ਕਰਦੇ ਵੀ ਕਿਉਂ ਨਾ तकरीबन 3 ਸਾਲ ਹੋ ਗਏ ਸਨ ਕਦੇ ਮਹੀਨਾ ਜੰਗ ਕਦੇ 10 ਦਿਨ ਜੰਗ ਕਦੇ 20 ਦਿਨ ਜੰਗ ਜੰਗਾਂ ਦਾ ਦੌਰ ਚੱਲਦਾ ਹੀ ਆ ਰਿਹਾ ਸੀ ਹੁਣ ਇਹ ਜੰਗ ਤੇ 6-7 ਮਹੀਨੇ ਹੋ ਗਏ ਮਹਾਰਾਜ ਕਿਲਾ ਛੱਡੀਏ ਪਾਤਸ਼ਾਹ ਕਹਿੰਦੇ ਨਹੀਂ ਇਨਾਂ ਦੇ ਗਲੂਏ ਵਿੱਚ ਬੋਲ ਹੋਰ ਨੇ ਤੇ ਢਿੱਡ ਵਿੱਚ ਬੇਈਮਾਨੀ ਹੈ। ਮਹਾਰਾਜ ਕਹਿਤੇ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਕਿਲਾ ਛੱਡ ਦਿਓ ਤੁਹਾਡਾ ਦੀਨ ਵੀ ਬਚੇਗਾ ਜਾਨ ਵੀ ਬਚੇਗੀ। ਇਹ ਪਹਾੜੀ ਰਾਜਿਆਂ ਦੀ ਜਗ੍ਹਾ ਹੈ। ਬੜਾ ਕੁਝ ਉਹਨਾਂ ਨੇ ਆਖਿਆ। ਸਿੰਘ ਤਿਆਰ ਹੋ ਗਏ। ਪਾਤਸ਼ਾਹ ਨੇ ਕੀ ਕੀਤਾ? ਪਾਜ ਉਦੇੜਨ ਲਈ ਫਰੇਬੀਆਂ ਦਾ ਉਹ ਕਹਿੰਦੇ ਭਾਈ ਖਚਰਾ ਗੱਡੇ ਇਕੱਠੇ ਕਰੋ ਬਾਹਰੋਂ ਵੀ ਮੰਗਵਾ ਲਓ ਸਾਜੋ-ਸਮਾਨ ਬੜਾਏ ਲੈ ਕੇ ਜਾਣਾ ਹੈ। ਉਹ ਬਾਹਰ ਲਿਆ ਵੀ ਘੇਰੇ ਵਾਲੇ ਬਾਈ ਧਾਰੀਆਂ ਤੇ ਮੁਗਲਾਂ ਵੀ ਘੱਲ ਦਿੱਤੇ ਵੀ ਖਜ਼ਾਨਾ ਖਜੂਨਾ ਬੜਾ ਗੁਰੂ ਕਿਆਂ ਕੋਲ। ਜਿੰਨੀਆਂ ਨਾਂ ਲੋੜਿੰਦੀਆਂ ਵਸਤੂਆਂ ਸੀ ਨਾ ਜਿਨ੍ਹਾਂ ਦੀ ਲੋੜ ਨਹੀਂ ਸੀ। ਪਾਟੇ ਪੁਰਾਣੇ ਵਸਤਰ ਟੁੱਟੇ ਹੋਏ ਜੋੜੇ ਭੱਜੇ ਹੋਏ ਭਾਂਡੇ ਜੋ ਵੀ ਘਾਹ ਫੂਸ ਸਭ ਲੱਦ ਦਿੱਤਾ। ਜਦੋਂ ਆਪਾਂ ਤਰਪਾਲ ਪਾ ਲੈਨੇ ਆ ਨਾ ਕੋਈ ਸਾਜੋ ਸਮਾਨ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਦੇ ਆ ਸੁੰਦਰ ਬਸਤਰਾ ਨਾਲ ਟੱਕ ਦਿੱਤਾ ਗੱਡਿਆਂ ਨੂੰ ਆਪ ਅਟਾਰੀ ਤੇ ਖਲੋਤੇ ਨੇ ਨਾਲ ਸਿੰਘਾਂ ਨੂੰ ਕਹਿੰਦੇ ਵੀ ਆ ਦੇਖਿਓ ਹੁਣ ਆ ਪੈਮਾ ਸ਼ਿਕਨ ਲੋਕਾਂ ਵੱਲ ਵਾਦੇ ਤੋੜਨ ਵਾਲਿਆਂ ਵੱਲ ਧਿਆਨ ਨਾਲ ਦੇਖਿਓ ਕਿਲੇ ਚੋਂ ਗੱਡੇ ਬਾਹਰ ਹੁੰਦੇ ਨੇ ਬਾਈ ਧਾਰ ਤੇ ਮੁਗਲਾਂ ਦੀਆਂ ਫੌਜਾਂ ਟੁੱਟ ਕੇ ਪੈ ਗਈਆਂ ਸ਼ਰਮਿੰਦਗੀ ਚ ਚੂਰ ਹੋ ਗਏ ਜਦੋਂ ਵੇਖਿਆ ਵੀ ਇਹ ਤੇ ਪਾਟੇ ਪੁਰਾਣੇ ਕੱਪੜੇ ਨੇ ਬਸਤਰ ਨੇ ਟੁੱਟੇ ਭਾਂਜੇ ਨੇ ਪਾਟੇ ਜੋੜੇ ਨੇ ਤੇ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਅਗਰ ਤੁਸੀਂ ਕਿਲਾ ਛੱਡ ਦਿੰਦੇ ਤੇ ਜਿੱਦਾਂ ਇਹ ਖਲਾਰਾ ਪਾਇਆ ਇਹਨਾਂ ਨੇ ਤੁਹਾਡਾ ਇਹ ਅਸ਼ਰ ਕਰਨਾ ਸੀ ਇਹਨਾਂ ਨੇ ਚੋਟ ਲੱਗੀ ਸਿੰਘਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਗੁਰੂ ਸਮਰਾਥ ਹੈ ਸਭ ਤੇ ਵੱਡ ਸਮਰਾਥ ਗੁਰ ਦੇਵ ਅਸੀਂ ਛਲ ਨੂੰ ਸਮਝ ਸਕੇ ਇਹ ਸਮਝ ਗਿਆ ਹੈ ਥੋੜੇ ਦਿਨ ਲੰਗੇ ਫਿਰ ਪੱਤਰਕਾ ਆਉਣ ਲੱਗੀਆਂ ਕੁਝ ਸਿੰਘ ਬਦਾਵਾ ਦੇ ਗਏ ਜਦੋਂ ਬਦਾਵਾ ਦੇ ਗਏ ਥੋੜੇ ਸਮੇਂ ਬਾਅਦ ਔਰੰਗਜ਼ੇਬ ਦੀ ਪੱਤਰਕਾ ਆਈ ਇੱਕ ਕਾਸਿਦ ਲੈ ਕੇ ਆਇਆ ਔਰੰਗਜ਼ੇਬ ਦੀ ਪੱਤਰਕਾ ਚ ਸਾਫ਼ ਲਿਖਿਆ ਸੀ ਵੀ ਮੇਰੇ ਅਹਿਲਕਾਰਾਂ ਨੇ ਮੇਰੇ ਵਜ਼ੀਰਾ ਨੇ ਮਹਾਰਾਜ ਤੁਹਾਡੇ ਨਾਲ ਦਗਾ ਕੀਤਾ ਹੈ ਮੈਂ ਸ਼ਰਮਿੰਦਾ ਹਾਂ ਤੁਸੀਂ ਆਨੰਦਪੁਰ ਛੱਡ ਜਾਓ ਮੈਂ ਕੁਰਾਨ ਦੀ ਕਸਮ ਖਾ ਕੇ ਵਾਦਾ ਕਰਦਾ ਤੁਹਾਡੀ ਹਵਾ ਵੱਲ ਕੋਈ ਨਹੀਂ ਵੇਖੇਗਾ ਇਹ ਮੈਂ ਪਤਾ ਕਿਉਂ ਕਹਿ ਰਿਹਾ ਵੀ ਇਹ ਪੱਤਰ ਕਾ ਫੇਰ ਆਈ ਹੈ ਕਿਉਂਕਿ ਜ਼ਫਰਨਾਮੇ ਵਿੱਚ ਕਲਗੀਧਰ ਪਾਸ਼ਾ ਨੇ ਕਿਹਾ ਹੈ ਵੀ ਜਦੋਂ ਮੈਨੂੰ ਮਿਲੇਗਾ ਨਾ ਤੂੰ ਤੇ ਤੇਰੀ ਲਿਖਤੀ ਚਿੱਠੀ ਵਿਖਾਵਾਂਗਾ ਜਿਹੜੀ ਤੂੰ ਝੂਠੀ ਕਸਮ ਚੁੱਕੀ ਸੀ ਕਦੇ ਜ਼ਫਰਨਾਮਾ ਪੜਿਓ ਮਹਾਰਾਜ ਕਹਿੰਦੇ ਉਹ ਚਿੱਠੀ ਮੈਂ ਸਾਮਕੇ ਰੱਖੀ ਐ ਮੈਂ ਸਭ ਕੁਝ ਗਵਾ ਲਿਆ ਸਭ ਕੁਝ ਵਾਰ ਲਿਆ ਪਰ ਐ ਫਰੇਬੀ ਬੰਦੇ ਤੇਰੀ ਚਿੱਠੀ ਸੰਭੀ ਐ ਮੈਂ ਉਹ ਨਹੀਂ ਗਵਾਈ ਤੂੰ ਕਿੰਨਾ ਦੀਨ ਤੋਂ ਦੂਰ ਐ ਤੂੰ ਮਰਦ ਨਹੀਂ ਐ ਕਹਿੰਦੇ ਮਰਦਾਂ ਦੇ ਪੇਟ ਵਿੱਚ ਜੋ ਹੁੰਦਾ ਉਹੀ ਗਲੂਏ ਤੇ ਜ਼ੁਬਾਨ ਤੇ ਹੁੰਦਾ ਐ ਤੇਰੇ ਪੇਟ ਵਿੱਚ ਕੁਝ ਹੋਰ ਤੇ ਗਲੂਏ ਵਿੱਚ ਜ਼ੁਬਾਨ ਤੇ ਕੁਝ ਹੋਰ ਹੈ ਤੂੰ ਮਰਦ ਨਹੀਂ ਹੈ ਧਰਮੀ ਹੋਣਾ ਤੇ ਦੂਰ ਦੀ ਗੱਲ ਹੈ ਮਹਾਰਾਜ ਨੂੰ ਚਿੱਠੀ ਆਈ ਕਾਸਿਦ ਲੈ ਕੇ ਆ ਗਿਆ ਅੱਲਾ ਯਾਰ ਖਾਂ ਲਿਖਦੇ ਨੇ ਜਦੋਂ ਕਾਸਿਦ ਸਾਹਮਣੇ ਆਇਆ ਨਾ ਇਤਨੇ ਮੇ ਇਤਲਾ ਹੋਈ ਕਿ ਕਾਸਿਦ ਇੱਕ ਆਇਆ ਹੈ ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ ਮਹਾਰਾਜ ਕਹਿੰਦੇ ਇਹਨੂੰ ਲੈ ਆਓ ਹਲਕਾਰਾ ਦੂਤ ਕਾਸਿਦ ਫਾਰਸੀ ਚ ਕਹਿੰਦੇ ਨੇ ਉਸਨੂੰ ਹਲਕਾਰਾ ਆ ਗਿਆ ਉਹ ਚਿੱਠੀ ਦਿੱਤੀ ਗਈ ਦਰਬਾਰ ਸਜਿਆ ਹੈ ਗਾਂਢੀਵ ਸੂਰਮਿਆਂ ਨਾਲ ਬੜੇ ਬੜੇ ਮੁਸ਼ਾਇਰੇ ਚਪਰਿਆਂ ਵਰਗੇ ਸ਼ਰੀਰ ਪਹਿਲਾਂ ਤੇ ਆਉਂਦਿਆਂ ਹੀ ਰੰਗ ਉੱਟ ਗਏ ਸ਼ੇਰਾਂ ਵਰਗੇ ਸੂਰਬੀਰ ਬੈਠੇ ਨੇ ਦਰਬਾਰ ਦੇ ਵਿੱਚ ਹੌਸਲਾ ਨਾ ਪਿਆ ਤੇ ਕਲਗੀ ਧਰਨੇ ਹੌਸਲਾ ਦੇ ਕੇ ਆਖਿਆ ਬੋਲ ਕੁਝ ਨਹੀਂ ਕਹਿੰਦੇ ਤੈਨੂੰ ਤੂੰ ਦੂਤ ਹੈ ਹੌਸਲਾ ਦੇ ਕੇ ਪੁੱਛਿਆ ਹੈ ਸਤਿਗੁਰੂ ਨੇ ਦੇ ਕੇ ਹੌਸਲਾ ਪੁੱਛਾਇਆ ਪਿਆਰ ਸੇ ਪੈਗਾਮ ਕੀ ਤੂੰ ਲਾਇਆ ਹੈ ਫੌਜੇ ਸ਼ਰਾਰ ਸੇ ਸ਼ਰਾਰਤੀਆਂ ਦੀ ਫੌਜ ਨੇ ਕੀ ਪੈਗਾਮ ਦਿੱਤਾ ਹੈ ਦੱਸ ਮੈਨੂੰ ਕਹਿੰਦਾ ਜੀ ਸੁਣੋ ਉਹ ਕਹਿੰਦੇ ਨੇ ਵੀ ਤੁਸੀਂ ਦੀਨ ਦੇ ਬਾਦਸ਼ਾਹ ਉਹ ਔਰੰਗਜ਼ੇਬ ਕਹਿੰਦਾ ਮੈਂ ਦੁਨੀਆ ਦਾ ਬਾਦਸ਼ਾਹ ਹੈ ਦੁਨੀਆ ਦੇ ਬਾਦਸ਼ਾਹ ਨੂੰ ਜ਼ਮੀਨ ਦਾ ਲਾਲਚ ਹੁੰਦਾ ਹੈ ਇਸ ਕਰਕੇ ਤੁਹਾਡੇ ਤੋਂ ਮੰਗ ਰਿਹਾ ਹੈ ਤੇ ਦੀਨ ਦਾ ਬਾਦਸ਼ਾਹ ਜ਼ਮੀਨ ਦੇ ਟੁਕੜੇ ਦਾ ਹਲਾਲਚ ਕਰੇ ਗੱਲ ਸੋਭਾ ਨਹੀਂ ਦਿੰਦੀ ਆਨੰਦਪੁਰ ਛੱਡਿਆਂ ਜੇ ਦੋਆ ਤਿਰਾਂ ਦਾ ਨੁਕਸਾਨ ਹੋਣੋਂ ਬਚਦਾ ਹੈ ਲਹੂ ਡੁੱਲਣੋਂ ਬਚਦਾ ਹੈ ਤੇ ਕਿਉਂ ਤੁਸੀਂ ਜ਼ਮੀਨ ਪਿੱਛੇ ਲੜਦੇ ਹੋ ਛੱਡ ਜਾਓ ਇਹ ਚਿੱਠੀ 'ਚ ਲਿਖਿਆ ਸੀ ਕਾਸਿਦ ਨੇ ਪੜ੍ਹ ਕੇ ਸੁਣਾ ਦਿੱਤਾ ਬੜਾ ਸੁੰਦਰ ਉਹਨੇ ਲਿਖਿਆ ਹੈ ਮੈਂ ਸ਼ਮਾ ਹੋ ਗਿਆ ਉਧਰ ਨੂੰ ਨਾ ਜਾਵਾਂ ਉਹ ਕਹਿੰਦਾ ਦੁਨੀਆ ਕੇ ਹਮ ਤੋ ਦੀਨ ਕੇ ਤੁਮ ਬਾਦਸ਼ਾਹ ਹੋ ਆਤਾ ਨਹੀਂ ਯਕੀਨ ਤੁਮੇ ਦੁਨੀਆ ਕੋਈ ਕੋਈ ਚਾਹੋ ਯਕੀਨ ਨਹੀਂ ਆਉਂਦਾ ਵੀ ਮੁਰਸ਼ਦ ਹੋ ਕੇ ਤੂੰ ਜ਼ਮੀਨ ਦਾ ਲਾਲਚ ਕਰਦਾ ਐ ਸਿੰਘੋਂ ਕੋ ਸਾਥ ਲੈ ਕੇ ਯਹਾਂ ਸੇ ਸਿਧਾਰਿਏ ਵਾਹਿਗੁਰੂ ਕੀ ਫਤਿਹ ਦਾ ਨਾਰਾ ਪੁਕਾਰਿਏ ਅੱਲਾ ਯਾਰ ਖਾਂ ਕਹਿੰਦਾ ਐ ਬਚਨ ਲਿਖੇ ਹੋਏ ਮਹਾਰਾਜ ਕਹਿੰਦੇ ਦੇਖੋ ਮੈਂ ਲੜਨਾ ਨਹੀਂ ਚਾਹੁੰਦਾ पर प्रेम ਨਾਲ ਸਮਝਾਓ ਤੇ ਤੁਸੀਂ ਕਦੇ ਤਤੀ ਤਵੀ ਤੇ ਭਾਉਂਦੇ ਹੋ ਤੇ ਕਦੇ ਤੁਸੀਂ ਚਾਂਦਨੀ ਚੌਕ ਸ਼ਹੀਦ ਕਰਦੇ ਹੋ ਠੀਕ ਹੈ ਸਾਨੂੰ ਜ਼ਮੀਨ ਦਾ ਲਾਲਚ ਨਹੀਂ ਕਾਸਦ ਨੇ ਕਿਹਾ ਅਸੀਂ ਤੁਹਾਡੇ ਦਰ ਤੋਂ ਝੋਲੀਆਂ ਪਰਤੀਆਂ ਨੇ ਤੁਹਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਛੱਡ ਦਿਓ ਮਨ ਬਾਸ਼ਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਬਾਣੀ ਕਹਿੰਦੀ ਹੈ ਨਾ ਵੀ ਗੁਰੂ ਮਿਰਥਾ ਸਾਰਦਾ ਗੁਰੂ ਝੋਲੀਆਂ ਭਰਦਾ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਪਾਈਐ ਉਤੇ ਆਪ ਝੋਲੀਆਂ ਭਰਨ ਵਾਲਾ ਉਹਨੂੰ ਕੀ ਲਾਲਚ ਕਹਿੰਦੇ ਮੈਂ ਆਨੰਦਪੁਰ ਛੱਡ ਦੇਣਾ ਬੇਵਜਹ ਹੈ ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ ਲੜेंगे ਉਸੇ ਲੜਨੇ ਕੀ ਜਿਸੇ ਉਮੰਗ ਹੋ ਥੋਕਰ ਸੇ ਫੇਕ ਦੇਂਗੇ ਜੋ ਰਸਤੇ ਮੇਂ ਸੰਗ ਹੋ ਸਰ ਉਸਕਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ ਕੋਰੇਂਜੀ ਵਰਨਾ ਖਲਕ ਕੀ ਕਬ ਹਮ ਕੋ ਭਾਤੀ ਹੈ ਸ਼ੇਰੋਂ ਕੀ ਫੌਜ ਕਹਦੇ ਤੂੰ ਕਾਸਿਦ جاتی ਹੈ ਚੱਲੇ ਨੇ ਪਾਤਸ਼ਾਹ ਕਹਿੰਦੇ ਦੇਖ ਮੇਣਾ ਮਾਰਿਆ ਹੈ ਨਾ ਵੀ ਜ਼ਮੀਨ ਦਾ ਲਾਲਚ ਮੈਂ ਛੱਡ ਦਿਨਾ ਲਹੂ ਨਹੀਂ ਡੁੱਲਣਾ ਚਾਹੀਦਾ ਖਲਕਤ ਦਾ ਲਹੂ ਨਹੀਂ ਡੁੱਲਣਾ ਚਾਹੀਦਾ ਮੈਂ ਤੇ ਪਹਿਲ ਕੀਤੀ ਨਹੀਂ ਤੁਸੀਂ ਕੀਤੀ ਹੈ ਤੇ ਮੈਂ ਜਵਾਬ ਦੇ ਦਿੱਤਾ ਤੁਹਾਡੇ ਹਜ਼ਾਰਾਂ ਸਿਪਾਹੀ ਮਿੱਟੀ ਚ ਮਿਲ ਗਏ ਨੇ ਹੁਣ ਜੰਗ ਨਹੀਂ ਸੀ ਜਿੱਤ ਪਾ ਰਹੇ ਧੋਖਾ ਕਰਨਾ ਚਾਹੁੰਦੇ ਸੰਜੇ ਜਿੱਤਣ ਦੇ ਕਾਬਲ ਹੁੰਦੇ ਤੇ ਛਲ ਨਾ ਕਰਦੇ ਮਹਾਰਾਜ ਕਹਿੰਦੇ ਆਨੰਦਪੁਰ ਮੈਂ ਛੱਡ ਦਿੰਨਾ ਪਰ ਜਿਹੜਾ ਮੇਰੇ ਰਸਤੇ ਦਾ ਰੋੜਾ ਬਣੇਗਾ ਮੇਰਾ ਪਿੱਛਾ ਕਰੇਗਾ ਫਿਰ ਉਹਦੇ ਤੇ ਸਿਰ ਨਹੀਂ ਰਹਿਣ ਦੇਵੇਗਾ ਗੁਰੂ ਗੋਬਿੰਦ ਸਿੰਘ ਤਿਆਰੀ ਹੁੰਦੀ ਹੈ ਅੱਜ ਦਾ ਦਿਨ ਹੈ 6 ਪੋ 1761 ਬਿਕਰਮੀ ਸੰਮਤ ਮਾਤਾ ਗੁਜਰੀ ਜੀ ਨੇ ਸਿੰਘਾਂ ਨੇ ਬੇਨਤੀਆਂ ਕੀਤੀਆਂ ਮਹਾਰਾਜ ਤਿਆਰ ਹੋ ਗਏ ਆਖਿਆ ਸੀ ਮਹਾਰਾਜ ਨੇ ਇਹਨਾਂ ਦੇ ਵਾਦੇ ਝੂਠੇ ਹੀ ਨੇ ਸ਼ਮਾ ਆਉਣ ਤੇ ਤੁਹਾਨੂੰ ਪਤਾ ਲੱਗੇਗਾ ਪੈਮਾ ਸ਼ਿਕਨ ਨੇ ਖੈਰ ਜਿਵੇਂ ਬੱਚਿਆਂ ਦੀ ਜੇਦ ਅਗੇ ਮਾਪੇ ਝੁਕਦੇ ਨੇ ਨਾ ਮੰਨ ਲੈਂਦੇ ਨੇ ਸਿੰਘਾਂ ਨੇ ਜਿੱਦ ਕੀਤੀ ਬਾਪੂ ਨੇ ਸਮਝਾਇਆ ਸੀ ਕੁਝ ਦਿਨ ਰੁਕੋ ਹਫਤਾ ਹੀ ਰੁਕ ਜਾਓ ਵਰਖਾ ਵਿੱਚ ਇਹਨਾਂ ਦੀ ਫੌਜ ਰੋਗੀ ਹੋ ਗਈ ਹੈ ਪਹਾੜੀ ਇਲਾਕਾ ਐ ਸੀਤ ਪੈਂਦੀ ਐ ਰੋਗਾਂ ਨਾਲ ਹੀ ਮਰ ਮੁੱਕ ਜਾਣਾ ਕੁਝ ਆਪਾਂ ਮੁਕਾ ਦਿੱਤੇ ਨੇ ਖਾਲਸਾ ਰਾਜ ਹੋਵੇਗਾ ਰੁਕ ਜਾਓ ਨਹੀਂ ਟਲੇ ਬਾਪੂ ਨੇ ਸਹਿ ਸਬਾ ਇੱਕ ਬਚਨ ਕਿਹਾ ਸੀ ਕਹਿੰਦੇ ਹਫਤਾ ਰੁਕ ਜਾਓ ਨਹੀਂ ਟਲੇ ਕਹਿੰਦੇ ਫਿਰ ਇੱਕ ਹਫਤੇ ਵਿੱਚ ਇੰਨਾ ਕੁ ਨੁਕਸਾਨ ਉਠਾਉਣਾ ਪਵੇਗਾ ਜਿਹਦੀ ਪਰਭਾਈ ਕਦੇ ਨਹੀਂ ਹੋਵੇਗੀ 6 ਉਹ ਤੋਂ ਲੈ ਕੇ ਤੇ 13 ਪੋ ਤੱਕ ਸਤਾ ਅਠਾ ਦਿਨਾਂ ਚ ਸਾਰਾ ਹੀ ਪਰਿਵਾਰ ਸ਼ਹੀਦ ਹੋਇਆ ਸੀ ਬਾਪੂ ਦਾ ਖੈਰ ਮਹਾਰਾਜ ਚੱਲ ਜੀ ਇਹ ਕਹਿ ਰਹੇ ਨੇ ਈਨ ਵੀ ਨਾ ਮੰਨੋ ਧਰਮ ਵੀ ਰਹਿ ਰਿਹਾ ਹੈ ਜਾਨ ਵੀ ਬਚ ਰਹੀ ਹੈ ਮੌਕਾ ਆਵੇਗਾ ਫਿਰ ਅਨੰਦਪੁਰ ਆ ਕੇ ਮਲ ਲਵਾਂਗੇ ਪਰ ਬਾਪੂ ਤੇ ਜਾਣਦਾ ਹੈ ਨਾ ਆਉਣ ਵਾਲੇ ਸਮੇਂ ਨੂੰ ਕਿੰਨੇ ਆਉਣਾ ਹੈ ਤਿਆਰੀ ਕਰਦੇ ਨੇ ਇੱਥੋਂ ਚੱਲਣ ਲੱਗੇ ਨੇ ਬڑا ਵਿਰਾਗ ਹੈ ਇਨ੍ਹਾਂ ਗਲੀਆਂ ਵਿੱਚ ਇਹ ਸਹਬ ਜਾਦੇ ਵੱਡੇ ਹੋਏ ਖੇਡੇ ਆਗਾਸ ਇਸ ਇਲਾਕੇ ਵਿੱਚ ਹੋਇਆ ਬਾਪੂ ਕਲਗੀ ਧਰ ਦਾ ਬਚਪਨ ਪਟਨਾ ਸਾਹਿਬ ਤੋਂ ਆ ਕੇ ਇੱਥੇ ਗੁਜ਼ਰਿਆ ਬਾਬਾ ਗੁਰਬਖਸ਼ ਦਾਸ ਉਦਾਸੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਚਲਾਈ ਸੰਪਰਦਾਚੋਂ ਉਸ ਮਹਾਪੁਰਸ਼ ਨੂੰ ਸੇਵਾਵਾਂ ਗੁਰਧਾਮਾਂ ਦੀਆਂ ਦੇ ਕੇ ਚਾਲੇ ਪਾਉਣ ਲੱਗੇ ਨੇ ਵਾਰ-ਵਾਰ ਮੁੜ ਕੇ ਪਿੱਛੇ ਵੇਖਦੇ ਨੇ ਵੇਖੋ ਜਿਹੜਾ ਘਰ ਹੱਥੀਂ ਸਾਰਿਆ ਹੋਵੇ ਛੱਡਣਾ ਬੜਾ ਔਖਾ ਆਂਦਾ ਹੈ ਅੱਜ ਜਾਣਾ ਪੈ ਰਿਹਾ ਹੈ ਬੜੀ ਵਿਰਾਗ ਦੀ ਘੜੀ ਵਿੱਚ ਆਨੰਦਾਂ ਦੀ ਪੁਰੀ ਨੂੰ ਪਾਤਸ਼ਾਹ ਛੱਡਣ ਲੱਗੇ ਨੇ ਆਨੰਦਗੜ੍ਹ ਕਿਲੇ ਨੂੰ ਛੱਡਣ ਲੱਗੇ ਨੇ ਅਜਿਤ ਪਾਤਸ਼ਾਹ ਜੋ ਜਿੱਤਿਆ ਨਾ ਗਿਆ ਧਰਮ ਦੇ ਨਾਮ ਤੇ ਛਲ ਕੀਤਾ ਹੈ ਪਾਪੀਆਂ ਨੇ ਵਿਦਰੋਹ ਕੀਤਾ ਹੈ ਧਰੋਹ ਕਮਾਉਣਾ ਕੀਤਾ ਹੈ ਅਛਾ ਤੁਰੇ ਜਾ ਰਹੇ ਨੇ ਤੇ ਬਾਬਾ ਜੀਤ ਸਿੰਘ ਨੇ ਨਾ ਪੁੱਛਿਆ ਬਾਪੂ ਜੀ ਇਹ ਅਨੰਦਾਂ ਦੀ ਪੁਰੀ ਦਾ ਮੋਹ ਬੜਾ ਹੈ ਇੱਥੇ ਬਚਪਨ ਗੁਜ਼ਾਰਿਆ ਹੈ ਇੱਕੇ ਮਾਂ ਦੀ ਗੋਦ ਵਿੱਚ ਬਹਿ ਕੇ ਅਸੀਂ ਭਾਈਆਂ ਨੇ ਗਿਆਨ ਹਾਸਲ ਕੀਤਾ ਹੈ ਕਦੇ ਅਨੰਦਾਂ ਦੀ ਪੁਰੀ ਨੂੰ ਵਾਪਸ ਆਵਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਖੁਦਾ ਕਹਿੰਦੇ ਇਸ ਜਾਮੇ ਵਿੱਚ ਤੇ ਨਹੀਂ ਆਇਆ ਜਾਣਾ ਪਰ ਹਰ ਸਾਲ ਜਦੋਂ ਸੱਜ ਧੱਜ ਕੇ ਮੇਰਾ ਖਾਲਸਾ ਹੋਲਾ ਮਹੱਲਾ ਕੱਢਿਆ ਕਰੇਗਾ ਤੇ ਸਮਝ ਲਿਓ ਗੁਰੂ ਗੋਬਿੰਦ ਸਮਝੋ ਗੁਰੂ ਗੋਬਿੰਦ ਹੀ ਸਰਗੁਣ ਰੂਪ ਵਿੱਚ ਪ੍ਰਗਟ ਹੋ ਗਿਆ ਹੈ ਅੱਜ ਵੀ ਹੋਲੇ ਮਹੱਲੇ ਤੇ ਵੇਖੋ ਤੇ ਉਹੀ ਰੌਣਕ ਲੱਗਦੀ ਹੈ ਜਿਹੜੇ ਕਦੇ ਅਨੰਦਾਂ ਦੀ ਪੁਰੀ ਵਿੱਚ 1704 ਈਸਵੀ ਵਿੱਚ ਹੋਵੇਗੀ ਇਥੋਂ ਵੈਰਾਗ ਵਿੱਚ ਤੁਰੇ ਵੱਡਿਆਂ ਦੇ ਸਥਾਨ ਕੀਰਤਪੁਰ ਸਾਹਿਬ ਨਮਸਕਾਰ ਕੀਤੀ ਪਹਿਮਾ ਸ਼ਿਕਨ ਲੋਕ ਪਿੱਛੇ ਆ ਗਏ ਚੌਂਵਾਂ ਪਾਸਿਆਂ ਤੋਂ ਕੇਰਾ ਪਿਛੋਂ ਟਿੱਡੀ ਦਲ ਦੁਸ਼ਮਣਾਂ ਅੱਗੇ ਸਰਸਾ ਵਿੱਚ ਛੱਲਾਂ ਪੈਰਾਂ 'ਚੋਂ ਠੰਡੀ ਸੀਤ ਚੜੇ ਪੋ ਦਾ ਮਹੀਨਾ ਤੇ ਉਤੋਂ ਵਰਖਾ ਹੋ ਰਹੀ ਹੈ ਸਰਸਾ ਦੇ ਕੰਡੇ ਪਹੁੰਚਦੇ ਨੇ ਸੱਤ ਪੋ ਦਾ ਮਰਤ ਵੇਲਾ ਹੋਇਆ ਨਿਤਨੇਮ ਹੁੰਦਾ ਹੈ ਇੱਥੇ ਦੁਸ਼ਮਣ ਹਮਲਾ ਕਰ ਦਿੰਦੇ ਨੇ ਲਿਖਿਆ ਨਾ ਅੱਲਾ ਯਾਰਖਾਨੇ ਬਦਬਖਤੋਂ ਨੇ ਜੋ ਵਾਦਾ ਕੀਤਾ ਬਿਸਰ ਗਏ ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ ਗੋਬਿੰਦ ਕੇ ਲਾਲ ਵੀ ਫੌਰਨ ਗੋਬਿੰਦ ਕੇ ਲਾਲ ਵੀ ਫੌਰਨ ਬਿਫਰ ਗਏ ਤਲਵਾਰیں ਸੂਤ ਸੂਤ ਕਰ ਰਨ ਮੇ ਉਤਰ ਗਏ ਸਿੰਘ ਵੀ ਮੈਦਾਨੇ ਜੰਗ ਚ ਉਤਰੇ ਬਾਬਾ ਜੀਤ ਸਿੰਘ ਬਾਬਾ ਉਹਦੇ ਸਿੰਘ ਜੰਗ ਲੜਦੇ ਨੇ ਬਾਬਾ ਉਹਦੇ ਸਿੰਘ ਸ਼ਹੀਦ ਹੋ ਜਾਂਦੇ ਨੇ ਸਰਸਾ ਤੋਂ ਪਾਰ ਤਿੰਨ ਹਿੱਸੇ ਪਰਿਵਾਰ ਹੋ ਜਾਂਦਾ ਹੈ ਮਾਤਾ ਗੁਜਰੀ ਨਾਲ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਰਹੰਦ ਵੱਲ ਨੂੰ ਗਏ ਸ਼ਹੀਦੀ ਹੁੰਦੀ ਹੈ ਨੀਆ ਚ ਜਿਣੇ ਗਏ ਵੱਡੇ ਸਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਗਏ ਚਮਕੌਰ ਵਿੱਚ ਸ਼ਹੀਦੀ ਹੁੰਦੀ ਹੈ ਐਸਾ ਇਤਿਹਾਸ ਸਿਰਜਿਆ ਜਿਹੜਾ ਰੂਹੇ ਜ਼ਮੀਨ ਤੇ ਨਾ ਸਿਰਜਿਆ ਗਿਆ ਸੀ ਨਾ ਜਾ ਸਕੇਗਾ ਚਾਲੀਆਂ ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ ਗੁਰ ਸਿੰਘ ਚੇਕਾਰੇ ਕੋ ਨਦ ਚਹਿਲ ਨਰ ਕੇ 10 ਲੱਖ ਬਾਰਾਇਦ ਬਰੋ ਬੇਖਬਰ 10 ਲੱਖ ਦੇ ਘੇਰੇ ਨੂੰ چیر ਕੇ ਕਲਗੀ ਤਰ ਉਹਦੇ ਵਰਗਾ ਹੈ ਕੋਈ ਨਹੀਂ ਨਾ ਫਿਰ ਦੁਹਰਾ ਦਵਾਂ ਸਭ ਤੇ ਵੱਡ ਸਮਰਾਥ ਗੁਰ ਦੇਵ ਉਹਨੂੰ ਨਹੀਂ ਕੋਈ ਰੋਕ ਸਕਿਆ ਮਾਛੀਵਾੜੇ ਪਹੁੰਚਦੇ ਨੇ ਚਾਰੇ ਲਾਲ ਸ਼ਹੀਦ ਹੋ ਗਏ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਚਲੇ ਗਏ ਬਾਪੂ ਨੇ ਦੀਨੇ ਕਾਂਗੜਾ ਕੇ ਜ਼ਫਰਨਾਮਾ ਲਿਖਿਆ ਹੈ ਮੈਂ ਸ਼ੇਰ ਕਹਿ ਕੇ ਫਤਿਹ ਬੁਲਾ ਦਮਾਂ ਦੇਖ ਇੱਥੇ ਮਾਤਾ ਇੱਥੇ ਪਿਤਾ ਸਭ ਗ੍ਰਸਤੀ ਬੈਠੇ ਹੋ ਰੰਚਕ ਮਾਤਰ ਵੀ ਬੱਚੇ ਨੂੰ ਦੁੱਖ ਲੱਗੇ ਨਾ ਤੇ ਮਾਤਾ ਪਿਤਾ ਦੁੱਖ ਵਿੱਚ ਸ਼ਰਸਾਰ ਹੋ ਜਾਂਦੇ ਨੇ ਇੱਕ ਦੀਵਾ ਕਰਦਾ ਬੁਝ ਜੇ ਤੇ ਇਨਸਾਨ ਟੁੱਟ ਜਾਂਦਾ ਹੈ ਇਹ ਚਾਰ ਦੀਵੇ ਬੁਝ ਗਏ ਕਲਗੀ ਤਰਦੇ ਔਰੰਗਜ਼ੇਬ ਨੂੰ ਜਦੋਂ ਚਿੱਠੀ ਲਿਖੀ ਨਾ ਤਰਲਾ ਨਹੀਂ ਲਿਆ ਹਾਰ ਨਹੀਂ ਮੰਨੀ ਕਹਿੰਦੇ ਹਾਰ ਦਾ ਤਾਂ ਜੇ ਸਿਰ ਝੁਕਾ ਜਾਂਦਾ ਹਾਰ ਦਾ ਤਾਂ ਜੇ ਬੇੜੀਆਂ 'ਚ ਜਕੜਿਆ ਜਾਂਦਾ ਪਤਾ ਕਰ ਵਜੀਰਖਾਂ ਕੋਲੋਂ ਤੇਰੇ 10 ਲੱਖ ਨੂੰ ਕਿੱਦਾਂ ਮਿੱਟੀ 'ਚ ਮਿਲਾ ਕੇ ਗੁਰੂ ਗੋਬਿੰਦ ਨਿਕਲਿਆ ਹੈ ਉਹਦੇ پاک ਬੋਲ ਸਨ ਕਹਿੰਦਾ ਚਿਹੇ ਮਰਦੀ ਕੇ ਅਖਗਰ ਖਾਮੋਸ਼ਾ ਕੂਨੀ ਕਿ ਆਤਿਸ਼ ਦਾ ਮਾਰਾ ਫਰੋਜ਼ਾ ਕੂਨੀ ਔਰੰਗਜ਼ੇਬ ਤੂੰ ਸਮਝੇ ਆਨੰਦਪੁਰ ਖੋលਿਆ ਤੂੰ ਸਮਝੇ ਘਰ ਉੱਜੜ ਗਿਆ ਤੂੰ ਸਮਝੇ ਬਦਲਾ ਕੌਣ ਲਵੇਗਾ ਇਹਦੇ ਚਾਰ ਲਾਲ ਮੈਂ ਚਾਰ ਦੀਵੇ 부ਝਾ ਦਤੇ ਚਾਰ ਚੰਗਿਆੜੀਆਂ ਹੀ ਬੁਝੀਆਂ ਨੇ ਮਰਦ ਸਮਝਦਾ ਹੈ ਆਪਣੇ ਆਪ ਨੂੰ ਮਰਦ ਹੁੰਦਾ ਤੇ ਕਲਗੀ ਧਰਦੇ ਸਾਹਮਣੇ ਮੈਦਾਨੇ ਜੰਗ ਵਿੱਚ ਆਉਂਦਾ ਮਰਦ ਨਹੀਂ ਹੈ ਤੂੰ ਮਰਦ ਹੁੰਦਾ ਸਾਹਮਣੇ ਆਉਂਦਾ ਤੂੰ ਇੱਕ ਲੂੰਬੜ ਹੈ ਲੂੰਬੜ ਲਬਜ਼ ਵਰਤਿਆ ਹੈ ਮਹਾਰਾਜ ਨੇ ਉਹਦੇ ਲਈ ਕਹਿੰਦੇ ਚਾਰ ਚੰਗਿਆੜੀਆਂ ਹੀ ਬੁਝੀਆਂ ਨੇ ਪਰ ਚੰਗਿਆੜੀਆਂ ਦਾ ਇੱਕ ਸੁਭਾਅ ਹੈ ਵੀ ਜਦੋਂ ਬੁਝਣ ਲੱਗਦੀਆਂ ਨੇ ਨਾ ਇੱਕ ਭਾਂਬੜ ਨੂੰ ਜਨਮ ਦਿੰਦੀਆਂ ਨੇ ਤੁਸੀਂ ਕਦੇ ਵੀ ਵੇਖੋ ਲੱਕੜਾਂ ਦੇ ਢੇਰ ਤੇ ਚੰਗਿਆੜੀ ਡਿੱਗ ਪਵੇ ਉਹਨੂੰ ਬੁਝਾ ਵੀ ਦਿਓ ਭਾਂਬੜੀ ਇਹ ਨਾ ਮਚਾ ਦਿੰਦੀ ਹੈ ਫਿਰ ਉਹ ਕਾਬੂ 'ਚ ਨਹੀਂ ਆਉਂਦਾ ਇਸ ਸ਼ਹੀਦੀ ਨੇ ਸਿੰਘਾਂ ਦੇ ਹਿਰਦੇ ਅੰਦਰ ਭਾਂਬੜ ਮਚਾਤਾ ਹੈ ਰੋਸ ਦਾ ਚਾਰ ਚੰਗਿਆੜੀਆਂ ਬੁਝਾ ਕੇ ਵਰਦਨਾ ਸਮਝ ਆਪਣੇ ਆਪ ਨੂੰ ਇਹ ਜਿਹੜਾ ਭਾਂਬੜ ਮੱਛਿਆ ਹੈ ਖਾਲਸਾ ਪੰਥ ਦੇ ਰੂਪ ਵਿੱਚ ਇੱਕ ਦਿਨ ਦਿੱਲੀ ਚੋਂ ਤੇਰਾ ਤਖਤ ਸਾੜ ਕੇ ਸੁਆਹ ਕਰੇਗਾ ਇਸ ਬਾਬਤ ਇੱਕ ਸ਼ੇਰ ਹੋਰ ਹੈ ਚਿਹਾਂ ਸ਼ੁੱਧ ਕੇ ਚੋਂ ਬਚਗਾ ਕੁਸ਼ਤੇ ਚਾਰ ਕੇ ਬਾਕੀ ਬੇਮਾਦਸਤ ਪੇਚੀ ਦੇ ਮਾਰ ਚਾਰ ਪੁਚੰਗੀ ਮਾਰੇ ਨੇ ਤੂੰ ਪਤਾ ਸੱਪ ਲਬਜ਼ ਕਿਉਂ ਵਰਤਿਆ ਆਪਣੇ ਬੱਚਿਆਂ ਵਾਲੀ ਕਿਉਂਕਿ ਸੋਚਾ ਆਨੰਦ ਨੇ ਸਰਹੰਦ ਦੀ ਕਚਹਿਰੀ ਵਿੱਚ ਆਖਿਆ ਸੀ ਵੀ ਇਹ ਸਪੋਲੇ ਨੇ ਸੱਪ ਦੇ ਉਹ ਫਨੀਅਰ ਗੁਰੂ ਗੋਬਿੰਦ ਸਾਹਿਬਾਂ ਨਹੀਂ ਜਾਂਦਾ ਜੇ ਇਹ ਦੋ ਵੱਡੇ ਹੋ ਗਏ ਨਾ ਇਹ ਐਸੇ ਨਾਗ ਬਣਨਗੇ ਅੱਜ ਇੱਕ ਬਾਗੀ ਹੈ ਕੱਲ ਨੂੰ ਦੋ ਹੋਰ ਨਾਲ ਬਣ ਜਾਣਗੇ ਇਹ ਔਖਾ ਹੋਵੇਗਾ ਇਹਨਾਂ ਨੂੰ ਕੁਚਲ ਦਈਏ ਕਲਗੀ ਤਰ ਜਾਣੀ ਜਾਣ ਨੇ ਫਿਰ ਪੜ ਦਵਾਂ ਬਿਨ ਬੋਲਿਆਂ ਸਭ ਕਿਛ ਜਾਣਦਾ ਉਹ ਕਹਿੰਦੇ ਇਹ ਮੇਰੇ ਬੱਚਿਆਂ ਨੂੰ ਸੱਪ ਦੱਸਦੇ ਨੇ ਕਹਿੰਦੇ ਕੀ ਹੋਇਆ ਜੇ ਚਾਰ ਸਪੋਲੇ ਮਾਰ ਦਿੱਤੇ ਚਿਹੇ ਮਰਦੀ ਕਿ ਅੱਖ ਗਰ ਖਾਮੋਸ਼ਾ ਕੁਣੀ ਇੱਥੇ ਚੰਗਿਆੜੀਆਂ ਦਾ ਜ਼ਿਕਰ ਕੀਤਾ ਚੋਹਾਂ ਦਾ ਅੱਗੇ ਕਹਿੰਦੇ ਨੇ ਚਿਹਾ ਸ਼ੁੱਧ ਕੇ ਚੋਂ ਬਚਗਾ ਕੁਸ਼ਤੇ ਚਾਰ ਕੀ ਹੋਇਆ ਚਾਰ ਸਪੋਲੇ ਮਾਰ ਦਿੱਤੇ ਨੇ ਕੁੰਡਲੀਆ ਸੱਪ ਗੁਰੂ ਗੋਬਿੰਦ ਜੀ ਹੁੰਦਾ ਹੈ ਕੁੰਡਲੀਆ ਸੱਪ ਖਾਲਸਾ ਜੀ ਹੁੰਦਾ ਹੈ ਦਿੱਲੀ ਦੇ ਤਖਤ ਨੂੰ ਕੁੰਡਲ ਵਿੱਚ ਲੈ ਕੇ ਪੀਸ ਕੇ ਚਕਨਾ ਚੂਰ ਕਰੇਗਾ ਇਤਿਹਾਸ ਗਵਾਹ ਕੁੰਡਲੀਏ ਸਪਨੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਰਤ ਵਰਸ਼ ਵਿੱਚ ਮੁਗਲਿਆ ਸਲਤਨਤ ਦੀ ਹਕੂਮਤ ਦਾ ਖਰਾ ਖੋਜ ਮਟਾਇਆ ਬਾਬਾ ਬਘੇਲ ਸਿੰਘ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਦਾ ਤਖਤ ਜਿੱਤਿਆ ਬਾਬਾ ਜੱਸਾ ਸਿੰਘ ਰਾਮਗੜੀਆ ਨੇ ਤਖਤ ਧੂਕ ਕੇ ਅੰਮ੍ਰਿਤਸਰ ਖੜਿਆ ਇਹ ਕੁੰਡਲੀਆ ਸਪ ਸੀ ਜਿਨ ਨੇ ਭਾਰਤ ਵਰਸ਼ ਚੋਂ 700 ਸਾਲ ਪੁਰਾਣਾ ਮੁਗਲਾਂ ਦਾ ਰਾਜ ਪੁੱਟਿਆ ਸੀ ਔਰ ਉਸ ਕੁੰਡਲੀਏ ਸੱਪ ਦੀ ਨੀਵ ਰੱਖੀ ਸੀ ਅਨੰਦਾਂ ਦੀ ਪੁਰੀ ਅੰਦਰ ਖੰਡੇ ਦੀ ਪੌੜ ਬਖਸ਼ ਕੇ ਸੋ ਦੁਨੀਆ ਤੇ ਐਸਾ ਕੋਈ ਤੀਰਥ ਨਹੀਂ ਹੈ ਰੂਹੇ ਜ਼ਮੀਨ ਦਾ ਸਭ ਤੋਂ ਪਾਕ ਤੀਰਥ ਹੈ ਅਨੰਦਾਂ ਦੀ ਪੁਰੀ ਜਿੱਥੇ ਬੈਠੇ ਹੋ ਦਾਸ ਇਸ ਧਰਤੀ ਨੂੰ ਸਜਦਾ ਕਰਦਾ ਹੈ ਵਿਚਾਰ ਨੂੰ ਸੰਕੋਚਦਾ ਹਾਂ ਸਿੱਖ ਜਗਤ ਦੀ ਮਾਇਨਾਜ਼ ਹਸਤੀ ਤਖਤ ਸ਼ਰੀਕੇ ਇਸ ਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਮਹਾਨ ਉਪਰਾਲਾ ਕੀਤਾ ਹੈ ਇਹ ਸਮਾਗਮ ਉਲੀਕੇ ਨੇ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਬੜਾ ਸੰਗਤਾਂ ਨੂੰ ਪ੍ਰੇਰ ਕਰਕੇ ਇਨਾਂ ਸਮਾਗਮਾਂ ਵਿੱਚ ਲੈ ਕੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਹੈ ਹੁਕਮਸੀ ਆਪ ਸੰਗਤ ਦੇ ਚਰਨ ਪਰਸਣ ਦਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਹੈ ਜੀ ਖੰਡੇ ਦੀ ਪੌਲ ਛਕੀਏ ਗੁਰੂ ਵਾਲੇ ਬਣੀਏ ਦਮਦਮੀ ਟਕਸ਼ਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਹੁਣਾ ਵੱਲੋਂ ਜਥੇਦਾਰ ਦੇਵ ਸਿੰਘ ਜੀ ਹੁਣੀ ਇੱਥੇ ਪਹੁੰਚੇ ਨੇ ਇਸੇ ਤਰ੍ਹਾਂ ਹੀ ਤਰਨਾ ਦਲ ਦੇ ਮਹਾਪੁਰਸ਼ ਬਾਬਾ ਗੁਰਦੇਵ ਸਿੰਘ ਜੀ ਵੀ ਇੱਥੇ ਹਾਜ਼ਰੀਨ ਨੇ ਕਿਲਾ ਆਨੰਦਗੜ੍ਹ ਸਾਹਿਬ ਮਹਾਨ ਸੰਪਰਦਾਇਕਾਰ ਸੇਵਾ ਵਾਲੇ ਸਤਪੁਰਸ਼ ਬਾਬਾ ਸੁਚਾ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਸਹਿਯੋਗ ਇਹਨਾਂ ਸਮਾਗਮਾਂ ਵਿੱਚ ਦਿੱਤਾ ਹੈ ਉਹਨਾਂ ਦਾ ਧੰਨਵਾਦ ਬਾਬਾ ਸਤਨਾਮ ਸਿੰਘ ਜੀ ਦਾ ਧੰਨਵਾਦ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ